ਵਿੱਚ ਪੜ੍ਹਦਾ ਸੀ ਤੇ ਮੈਂ ਉਹ ਧਿਆਨ ਦੇਣ ਲੱਗ ਪਿਆ ਕਿ ਸਟੇਜ 'ਤੇ ਚੰਗੀ ਤਰ੍ਹਾਂ ਕੌਸ਼ਲਤਾ ਦੇ ਨਾਲ ਉਂਗਲ ਦਾ ਅਭਿਆਸ ਕੀਤਾ ਜਾਵੇ। ਅਤੇ ਇੱਕ ਕਿਤਾਬ ਮੈਂ ਪੜ੍ਹੀ ਪ੍ਰਿੰਸੀਪਲ ਗੰਗਾ ਸਿੰਘ ਵੱਲੋਂ, ਉਹਦਾ ਸਿਰਲੇਖ ਹੈਗਾ ਜਨਤਾ ਵਿੱਚ ਕਿਵੇਂ ਬੋਲੀ, ਨੋਟ ਕਰੋ ਅਤੇ ਕਿਤਾਬ ਜ਼ਰੂਰ ਪੜ੍ਹਿਓ। ਪ੍ਰਿੰਸੀਪਲ ਗੰਗਾ ਸਿੰਘ ਜੀ ਬੜੇ ਵੱਡੇ ਸਿੱਖ ਪ੍ਰਚਾਰਕ ਹੋਏ ਨੇ ਦੇਸ਼ ਵਿਦੇਸ਼ ਵਿੱਚ। ਉਹਨਾਂ ਦੀ ਭਾਸ਼ਣ ਕਲਾ ਦਾ ਸਿੱਕਾ ਮੰਨਿਆ ਜਾਂਦਾ ਸੀ। ਉਹਨਾਂ ਨੇ ਕਿਹਾ ਸੀ ਜਨਤਾ ਵਿੱਚ ਕਿਵੇਂ ਬੋਲੀਏ, ਗੁਰ ਦੱਸੇ ਸੀ ਉਹਨਾਂ 'ਚ ਇੱਕ ਗੁਰ। ਉਹਨਾਂ ਨੇ ਇਹ ਦੱਸਿਆ ਸੀ ਕਿ ਜਿਹੜਾ ਬੁਲਾਰਾ ਬੋਲਣ ਤੋਂ ਪਹਿਲਾਂ ਇਹ ਗੱਲ ਆਖਣੀ ਸ਼ੁਰੂ ਕਰ ਦੇਵੇ ਨਾ, ਉਹ ਮੈਂ ਜੀ ਵੇਖੋ ਮੈਂ ਤੁਹਾਨੂੰ ਕੀ ਦੱਸਣ ਜੋਗਾ ਹਾਂ, ਮੈਂ ਤੁਹਾਡਾ ਚੀਜ਼ ਹਾਂ, ਮਤਲਬ ਆਪਣੀ ਮਰਸਾਨਤਾ ਸਾਹਿਬ ਕਰਦਿਆਂ ਕਰਦਿਆਂ ਕਈ ਬੁਲਾਰੇ ਇਸ ਤਰ੍ਹਾਂ ਬੋਲਦੇ ਜੀ ਮੈਂ ਤੁਹਾਨੂੰ ਕੀ ਦੱਸਣ ਜੋਗਾ ਹਾਂ, ਮੈਂ ਨਚੀਜ਼ ਹਾਂ, ਮੇਰੇ ਕੋਲ ਕੋਈ ਇੰਨਾ ਗਿਆਨ ਨਹੀਂ, ਫਿਰ ਵੀ ਮੈਂ ਤੁਹਾਡੇ ਨਾਲ ਕੁਛ ਗੱਲਾਂ ਕਰਾਂਗਾ। ਉਹ ਕਹਿੰਦੇ ਕਿ ਉਹ ਪੌਣੇ ਸਰੋਤਿਆਂ ਦੀ ਦਿਲਚਸਪੀ 'ਤੇ ਆਪਣੇ ਵੱਲੋਂ ਪਹਿਲਾਂ ਹੀ ਖਤਮ ਕਰ ਲਿਆ। ਅਗਲੇ ਸੋਚਦੇ ਆ ਭਾਈ ਜੇ ਤੂੰ ਹੈ ਇੱਕ ਆਖਿਸ਼ ਤਾਂ ਫਿਰ ਸਾਨੂੰ ਕਿਉਂ ਬੋਲ ਕਰਨ ਵਾਸਤੇ ਆ। ਪਰ ਜਿਹੜੀ ਗੱਲ ਮੈਂ ਅੱਠਵੀਂ ਜਮਾਤ ਵਿੱਚ ਪੜ੍ਹੀ ਸੀ ਔਰ ਜਿਹਦੇ 'ਤੇ ਮੈਨੂੰ ਅਮਲ ਕਰਨਾ ਚਾਹੀਦਾ, ਮੈਂ ਉਹਦੇ 'ਤੇ ਅੱਜ ਨਾ ਅਮਲ ਕਰਦਿਆਂ ਹੋਇਆ ਮੈਂ ਇਹ ਰਿਸਕ ਲੈ ਕੇ ਇਹ ਕਹਿਣਾ ਚਾਹੁੰਦਾ ਆ ਕਿ ਭਾਈ ਹੁਣ ਮੈਂ ਜਦੋਂ ਤੁਹਾਡੇ ਸਾਹਮਣੇ ਬੋਲਣ ਵਾਸਤੇ ਖੜ੍ਹਾ ਹੋਇਆ ਮੈਂ ਨਚੀਜ਼ 'ਤੇ ਬਿਲਕੁਲ ਨਹੀਂ ਭਾਵੇਂ ਹੈਗਾ, ਪਰ ਮੇਰਾ ਮਨ ਜਿਹੜਾ ਉਹ ਬਿਲਕੁਲ ਕੋਈ ਸਾਫ ਨਹੀਂ ਕਿ ਮੈਂ ਤੁਹਾਡੇ ਨਾਲ ਗੱਲ ਕੀ ਕਰਦੀ ਕਿਵੇਂ ਕਰਨੀ, ਉਹ ਕਿਤੇ ਦੇਖ ਲਵਾਂ ਅਤੇ ਕੀ ਕਰਨੀ ਇਹਦੇ ਬਾਰੇ ਵੀ ਕੋਈ ਅਜੇ ਇਲਮ ਨਹੀਂ ਹੈਗਾ। ਕਿਉਂਕਿ ਜਦੋਂ ਰਜਿੰਦਰਪਾਲ ਮੇਰੇ ਨਾਲ ਕੱਲ੍ਹ ਪਿਛਲੇ ਸਾਲ ਤੋਂ ਮੇਰੀ ਆਉਂਦੇ ਵੀ ਤੁਸੀਂ ਸਾਡੇ ਕੋਲ ਆਉਣਾ ਆ ਅਤੇ ਹੁਣ ਪਿੱਛੇ ਇਹਨਾਂ ਨੇ ਜ਼ੋਰ ਪਾਤਾ ਵੀ ਹੁਣ ਤਾਂ ਆਉਣਾ ਪੈਣਾ ਹੀ ਆ ਤੁਹਾਨੂੰ, ਅਤੇ ਮੇਰਾ ਹਾਲ ਇਹ ਸੀਗਾ ਕਿ ਮਾੜਾ ਢੱਗਾ ਛੱਤੀ ਰੋਗ, ਉਹ ਮੈਨੂੰ ਖੰਘ ਅਤੇ ਬੁਖਾਰ ਹੋ ਗਿਆ ਅਤੇ ਦਵਾਈ ਵੀ ਜਿਹੜੀ 5 ਦਿਨ ਦੀ ਐਂਟੀਬਾਇਓਟਿਕ ਦਿੱਤੇ ਉਹ ਖਾ ਲਈ, ਉਹ ਤੋਂ ਬਾਅਦ ਡਾਕਟਰ ਕਹਿੰਦਾ ਵੀ ਹੁਣ ਦਵਾਈ ਤੈਨੂੰ ਦੇਣੀ ਕੋਈ ਨਹੀਂ ਅਤੇ ਖੰਘ ਅਜੇ ਵੀ ਹਟਦੀ ਨਹੀਂ, ਅਜੇ ਵੀ ਆਈ ਜਾਂਦੀ। ਇਹ ਜਦੋਂ ਮੈਨੂੰ ਗੱਲ ਕਰਦੇ ਸੀਗੇ ਅਤੇ ਮੈਂ ਵਿੱਚੋਂ ਖੰਘਣ ਲੱਗ ਪੈਂਦਾ ਸੀ ਅਤੇ ਕਹਿੰਦੇ ਵੀ ਸਿਹਤ 'ਤੇ ਤੁਹਾਡੀ ਤਾਂ ਮਾੜੀ ਹੈ, ਅਤੇ ਸਿਹਤ 'ਤੇ ਟੈਲੀਫੋਨ 'ਤੇ ਮਿਸ ਪੈਂਦੀ ਸੀਗੀ। ਫਿਰ ਮੈਂ ਆ ਕੇ ਇਹ ਸੋਚਿਆ, ਮੈਂ ਕੱਲ੍ਹ ਪਰਸੋਂ ਇਹਨਾਂ ਨੂੰ ਕਿਹਾ ਬਲਕਾਰ ਰਜਿੰਦਰਪਾਲ ਵਗੈਰਾ ਨੇ, ਮੈਂ ਕਿਹਾ ਵੀ ਅਸੀਂ ਉਸ ਇਲਾਕੇ ਦੇ ਹਾਂ ਜਿਹੜਾ ਬਾਬਾ ਦੀਪ ਸਿੰਘ ਤਲੀ 'ਤੇ ਸਿਰ ਧਰ ਕੇ ਲੜਨ ਲੱਗ ਪਿਆ ਸੀ ਅਤੇ ਲੜਦਾ ਲੜਦਾ ਅੱਗੇ ਵੱਧਦਾ ਗਿਆ ਸੀ, ਅਸੀਂ ਤਾਂ ਫਿਰ ਵੀ ਖੰਘ ਦੇ ਮਰੀਜ਼ ਹੀ ਹੈਗੇ, ਇਹ ਕਿਹੜੀ ਗੱਲ ਹੈਗੀ ਆ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਹੱਸਦਾ ਮੇਰੇ ਆਫਿਸ 'ਚ ਕਹਿ ਰਿਹਾ ਸੀ ਕਿ ਤੁਮਨੇ ਪੁਕਾਰਾ ਔਰ ਹਮ ਚਲੇ ਆਏ, ਦਿਲ ਹਥੇਲੀ ਭਰ ਲਿਆ, ਤਾਂ ਦਿਲ ਤਾਂ ਸਾਡਾ ਅੱਗੇ ਪਹਿਲਾਂ ਉਹਨਾਂ ਨੂੰ ਦਿੱਤਾ ਹੋਇਆ ਅਤੇ ਅੱਜ ਤਾਂ ਭਾਈ ਸਿਰ ਵੀ ਤਲੀ 'ਚ ਧਰ ਕੇ ਲੈ ਕੇ ਆਏ ਆ ਤੁਹਾਡੇ ਨਾਲ ਗੱਲਬਾਤ ਕਰਨ ਦੇ ਵਾਸਤੇ। ਉਹ ਇਹਨਾਂ ਦੀ ਮੁਹੱਬਤ ਦੇ ਖਿੱਚੇ ਇੱਥੇ ਆ ਗਏ ਆ। ਗੱਲਾਂ ਕਰਦਿਆਂ ਕਰਦਿਆਂ ਇਹਨਾਂ ਨੇ, ਕਿਉਂਕਿ ਹੁਣ ਮੈਂ
ਮੈਂ ਇਹਨਾਂ ਨੇ ਕਿਹਾ ਸੀ ਕਿ ਇਹ ਕੋਈ ਫਾਰਮਲ ਪ੍ਰੋਗਰਾਮ ਨਹੀਂ, ਇਹ ਬਿਹਤਰ ਕੀਤਾ ਜਾ ਪ੍ਰੋਗਰਾਮ ਹੀ ਹੈ, ਹੈ ਨਾ, ਅਤੇ ਤੁਸੀਂ ਮੇਰਾ ਸਾਥ ਦਿਓ। ਕਹਿੰਦਾ ਗੱਲਾਂ ਕਰਦਾ ਕਰਦਿਆਂ ਇਹ ਕਿਹਾ ਕਿ ਇਹ ਲੇਖਕ ਵੀ ਚੰਗੇ ਨੇ, ਇਹ ਬੰਦੇ ਵੀ ਚੰਗੇ ਨੇ ਜਿਹੜੇ ਮੇਰੇ ਦੋਸਤ ਨੇ, ਉਹ ਇਹ ਗੱਲ ਮੰਨਦੇ ਨੇ ਕਿ ਮੈਂ ਬੰਦਾ ਚੰਗਾ ਆ। ਜਿਹੜੇ ਮੈਨੂੰ ਅੰਦਰ ਪਸੰਦ ਨਹੀਂ ਕਰਦੇ ਉਹ ਕਹਿੰਦੇ ਮੇਰੇ ਵਰਗਾ ਬੰਦਾ ਭੈੜਾ ਕੋਈ ਨਹੀਂ ਹੈ। ਹਰ ਤਰ੍ਹਾਂ ਦੇ ਬੰਦੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਕੋਈ ਤੁਹਾਨੂੰ ਚੰਗਾ ਸਮਝਣ ਵਾਲੇ, ਕੋਈ ਮਾੜਾ ਸਮਝਣ ਵਾਲੇ, ਪਰ ਗੱਲ ਕਰਦਿਆਂ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਗੱਲ ਚੇਤੇ ਆਉਂਦੀ ਹੈ ਉਹ ਇਹ ਆ, ਕਿਸੇ ਪ੍ਰਸੰਗ 'ਚ ਕਿ ਜਦੋਂ ਮੈਂ ਪੜ੍ਹਨ ਦੀ ਉਮਰ ਜੋਗਾ ਹੋ ਗਿਆ ਅਤੇ ਮੇਰਾ ਪਿਓ ਮੈਨੂੰ ਆਪਣੀ ਉਂਗਲੀ ਲਾ ਕੇ ਅਤੇ ਫੱਟੀ ਬਸਤਾ ਲੈ ਕੇ ਅਤੇ ਸਕੂਲੇ ਦਾਖਲ ਕਰਾਉਣ ਵਾਸਤੇ ਜਿਸ ਵੇਲੇ ਜਾ ਰਿਹਾ ਸੀ ਅਤੇ ਰਾਹ 'ਚ ਕੋਈ ਸ਼ਰੀਕ ਤੁਰਿਆ ਆਉਂਦਾ ਸੀ, ਉਹਨੇ ਵੇਖਿਆ ਵੀ ਕਿ ਮੁੰਡੇ ਨੂੰ ਫੱਟੀ ਬਸਤਾ ਲੈ ਕੇ ਸਕੂਲੇ ਦਾਖਲ ਕਰਾਉਣ ਜਾ ਰਿਹਾ। ਉਹਨੇ ਸਵਾਲ ਕੀਤਾ, ਦਰਦਾਰ ਸਿਆ ਨੂੰ ਸਕੂਲੇ ਲੈ ਕੇ ਚੱਲਿਆ, ਤੂੰ ਕੀ ਫੜਾ ਦੇਣਾ ਜੀ? ਸੀ ਨਾ ਕੀ ਤੁਹਾਨੂੰ ਵੀ ਦਿੱਤੀ ਹੋਣਾ, ਤੁਹਾਡੇ ਮਾਸਟਰ ਪੁੱਛਦੇ ਹੋਣਗੇ ਤੁਸੀਂ ਜ਼ਿੰਦਗੀ 'ਚ ਕੀ ਬਣਨਾ ਚਾਹੁੰਦੇ ਹੋ। ਤੁਸੀਂ ਤਾਂ ਹੁਣ ਵੱਡੀਆਂ ਵੱਡੀਆਂ ਸੁਪਨੇ ਲੀਕ ਦੇ ਹੋਗੇ ਨਾ, ਵੀ ਆਹ ਬਣਨਾ ਚਾਹੁੰਦੇ, ਆਹ ਬਣਨਾ ਚਾਹੁੰਦੇ। ਸਾਡੇ ਵੇਲੇ ਉਹੀ ਹੁੰਦਾ ਸੀ ਕਿ ਮੈਂ ਪਟਵਾਰੀ ਬਣਨਾ ਚਾਹੁੰਦਾ ਹੈ, ਜਾਂ ਪੁਲਿਸ ਦਾ ਸਿਪਾਹੀ, ਜਾਂ ਥਾਣੇਦਾਰ ਬਣਨਾ ਚਾਹੁੰਦਾ ਆ, ਅਤੇ ਇੱਕ ਸਾਡੇ ਜਗਿੰਦਰ ਹੁੰਦਾ ਸੀ ਕਹਿੰਦਾ ਜੀ ਮੈਂ ਟਰੱਕ ਡਰਾਈਵਰ ਬਣਨਾ ਚਾਹੁੰਦਾ। ਚਲੋ ਖੈਰ, ਬਹਰਹਾਲ ਉਹਨੇ ਮੇਰੇ ਪਿਓ ਨੂੰ ਪੁੱਛਿਆ ਕਿ ਇਹਨੂੰ ਕੀ ਬਣਾਉਣਾ ਚਾਹੁੰਦਾ, ਸਕੂਲੇ ਦਾਖਲ ਕਰਾਉਣ ਚੱਲਿਆ, ਅਤੇ ਮੇਰੇ ਪਿਓ ਨੇ ਜਵਾਬ ਦਿੱਤਾ ਕਿ ਬੰਦਾ ਹੀ ਬਣ ਜਾਵੇ ਇੰਨੀ ਬੜੀ ਗੱਲ। ਉਦੋਂ ਤਾਂ ਮੈਨੂੰ ਇਸ ਗੱਲ ਦੇ ਅਰਥਾਂ ਦਾ ਪਤਾ ਨਹੀਂ ਸੀ, ਪਰ ਮੈਨੂੰ ਚੇਤਾ ਇਹਦਾ ਰਿਹਾ ਕਿ ਦੇਰ ਬਾਅਦ ਮੈਨੂੰ ਪਤਾ ਲੱਗਾ ਇਸ ਗੱਲ ਦਾ ਕਿ ਅਸਲ ਵਿੱਚ ਤਾਂ ਸਾਰੀ ਜ਼ਿੰਦਗੀ ਜਿਹੜੀ ਆ ਬੰਦੇ ਦੀ ਬੰਦਾ ਬਣਨ ਦੀ ਯਾਦ ਸਿੱਖਣ ਵਿੱਚ, ਬੰਦਾ ਬਣਨ ਦੀ ਕੋਸ਼ਿਸ਼ ਵਿੱਚ ਲੰਘ ਜਾਂਦੀ ਹੈ, ਔਰ ਉਮਰ ਬੀਤਦਿਆਂ ਬੀਤਦਿਆਂ ਬੰਦਾ ਉਹਦੇ ਕੋਲ ਫਿਰ ਵੀ ਨਹੀਂ ਬਣਿਆ ਜਾਂਦਾ। ਬੰਦਾ ਬਣਨ ਦੀ ਗੱਲ ਤਾਂ ਹੁਣ ਤਾਂ ਹੋਰ ਵੀ ਔਖੀ ਹੋ ਗਈ। ਸਾਡੇ ਵੇਲੇ ਤਾਂ ਪੜ੍ਹਾਈ ਵਿੱਚ ਕੁਝ ਆਦਰਸ਼, ਕੁਝ ਸਿੱਖਿਆਵਾਂ ਇਹੋ ਜਿਹੀਆਂ ਹੁੰਦੀਆਂ ਸੀ ਜਿਹਦੇ ਵਿੱਚ ਬੰਦਾ ਬਣਨ ਦੀ ਗੱਲ ਦੱਸੀ ਜਾਂ ਸਿਖਾਈ ਜਾਂਦੀ ਸੀ। ਤੁਸੀਂ ਵੀ ਉਸ ਦੌਰ ਦੇ ਵਿੱਚ ਪੈਦਾ ਹੋਏ ਹੋ ਨਾ, ਜਿਹਦੇ ਵਿੱਚ ਇਸ ਗੱਲ ਨੂੰ ਮਾਣ ਨਾਲ ਕਿਹਾ ਜਾਂਦਾ ਹੈ ਨਾਇਕ ਨਹੀਂ ਖਲਨਾਇਕ ਹੋਣ। ਪਰ ਖਲਨਾਇਕ ਹੋਣਾ ਜਿਹੜਾ ਨਾ, ਇਹ ਹੁਣ ਅਗਰ ਭੂਮੀ 'ਤੇ ਆ ਗਿਆ। ਬੰਦਾ ਬਣਨ ਦੀ ਕੋਸ਼ਿਸ਼ ਵੀ ਛੱਡ ਦਿੱਤੀ ਹੈ ਸਾਡੇ ਵਿੱਚੋਂ ਬਹੁਤ ਸਾਰਿਆਂ ਨੇ, ਪਰ ਬੰਦਾ ਬਣਨਾ ਜ਼ਰੂਰੀ ਬਹੁਤ। ਜਦੋਂ ਸਾਡੇ ਬਾਬੇ ਨੇ ਵੇਈ 'ਚੋਂ ਬਾਹਰ ਨਿਕਲ ਕੇ ਕਿਹਾ ਸੀ ਨਾ, ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਅਤੇ ਅਸਲ ਵਿੱਚ ਕੀ ਸੀ, ਉਹਨਾਂ ਨੇ ਕਿਹਾ ਸੀ ਮੈਂ ਹਿੰਦੂ ਨਹੀਂ ਹਾਂ, ਮੈਂ ਮੁਸਲਮਾਨ ਨਹੀਂ, ਮੈਂ ਤਾਂ
ਇਨਸਾਨ ਪੰਜ ਤੱਤ ਦਾ ਪੁਤਲਾ ਨਾਨਕ ਮੇਰਾ ਨਾਂ। ਉਦੋਂ ਉਹਨਾਂ ਨੇ ਇਹ ਨਹੀਂ ਸੀ ਆਖਿਆ ਕਿ ਮੈਂ ਸਿੱਖਿਆ, ਜੇ ਸ਼ਾਇਦ ਗੁਰੂ ਜੀ ਆ ਚੁੱਕੇ ਤਾਂ ਉਹਨਾਂ ਨੇ ਇਹ ਵੀ ਕਹਿਣਾ ਸੀਗਾ ਨਾ ਹਮ ਹਿੰਦੂ ਨਾ ਹਮ ਮੁਸਲਮਾਨ ਨਾ ਹਮ ਸਿੱਖ, ਕਿਉਂਕਿ ਸਿੱਖ ਵੀ ਉਹ ਸਿੱਖ ਨਹੀਂ ਰਹਿ ਗਏ ਜਿਹੜੇ ਗੁਰੂ ਨਾਨਕ ਦੇ ਸਿੱਖ ਹੁੰਦੇ ਸੀ। ਹੁਣ ਤੇ ਰਸਮਾਂ ਰਹਿ ਗਈਆਂ। ਸਾਡੇ ਇੱਕ ਢਾਡੀ ਸੋਹਣ ਸਿੰਘ ਸੀਤਲ ਨੇ ਲਿਖਿਆ ਸੀ, ਬਹੁਤ ਵੱਡੇ ਵਿਦਵਾਨ ਹੋਏ ਤੇ ਨਾਵਲਕਾਰ ਬਹੁਤ ਵੱਡੇ ਹੋਏ, ਉਹਨਾਂ ਨੇ ਕਿਹਾ ਸੀ ਕਿ ਮੱਥਾ ਟੇਕਣਾ ਤਾਂ ਇੱਕ ਰਸਮ ਬਣ ਗਈ। ਆਪਾਂ ਜਾਣਦੇ ਹਾਂ ਨਾ, ਮੱਥਾ ਟੇਕਦੇ ਹਾਂ, ਸਿਰ ਨਵਾਉਂਦੇ ਹਾਂ। ਸਿਰ ਨਵਾਉਣ ਦਾ ਮਤਲਬ ਅਸਲ 'ਚ ਆ ਆਪਣੇ ਆਪ ਨੂੰ ਸਮਰਪਣ ਕਰ ਦੇਣਾ, ਆਪਣਾ ਸੀਸ ਭੇਟਾ ਕਰ ਦੇਣਾ। ਜਿਵੇਂ ਵਿਸਾਖੀ ਦੇ ਉੱਤੇ ਦਇਆ ਸਿੰਘ ਹੋਰਾਂ ਨੇ ਕੀਤਾ ਸੀਗਾ ਸਿਰ ਦਵਾ ਕੇ, ਪਰ ਅੱਜ ਕੀ ਹੋ ਗਿਆ, ਮੱਥਾ ਟੇਕਣਾ ਤਾਂ ਇੱਕ ਰਸਮ ਬਣ ਗਈ, ਭੇਟਾ ਸੀਸ ਚੜਾਉਣਾ ਬੜਾ ਔਖਾ। ਕਿਹੜਾ ਸਿੱਖ ਦਿਆਲੇ ਤੋਂ ਘੱਟ ਬਣਦਾ, ਦੇਗਾਂ ਵਿੱਚ ਸੜ ਜਾਣਾ ਬੜਾ ਔਖਾ। ਮਤੀ ਦਾਸ ਵਰਗਾ ਹਰ ਕੋਈ ਚਾਹੇ ਬਣਨਾ, ਆਰੇ ਨਾਲ ਚਿਰ ਜਾਣਾ ਬੜਾ ਔਖਾ। ਵਲੀ ਦੇਵਤਾ ਸੌਖਾ ਬਣ ਜਾਣ ਸੀਤਲ ਬਣ ਕੇ ਸਿੱਖ ਨਿਭਾਉਣਾ ਬੜਾ ਔਖਾ। ਜਦੋਂ ਉਹ ਇਹ ਗੱਲ ਕਰ ਰਹੇ ਸੀ ਤਾਂ ਉਹ ਉਸ ਸਿੱਖ ਦੀ ਗੱਲ ਕਰ ਰਹੇ ਸੀ ਜਿਹੜਾ ਸਿੱਖ ਇਨਸਾਨੀਅਤ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੋਵੇ, ਜਿਹੜਾ ਸਿੱਖ ਨਾ ਹਿੰਦੂ ਹੋਵੇ ਨਾ ਮੁਸਲਮਾਨ ਹੋਵੇ ਨਾ ਅੱਜ ਕੱਲ੍ਹ ਦਾ ਸਿੱਖ ਹੋਵੇ। ਪਾਤਰ ਨੇ ਕਿਹਾ ਨਾ, ਹੁੰਦਾ ਸੀ ਇੱਥੇ ਸ਼ੱਕ ਸਿੱਖ ਸੱਚਾ ਕਿੱਧਰ ਗਿਆ, ਇਸ ਪੱਥਰਾਂ ਦੇ ਸ਼ਹਿਰ ਤੋਂ ਸ਼ੀਸ਼ਾ ਕਿੱਧਰ ਗਿਆ। ਹਿੰਦੂਆਂ ਸਿੱਖਾਂ ਅਤੇ ਮੁਸਲਮਾਨਾਂ ਦੀ ਭੀੜ ਵਿੱਚ ਰੱਬ ਢੂੰਡਦਾ ਕਿਤੇ ਮੇਰਾ ਬੰਦਾ ਕਿੱਧਰ ਗਿਆ, ਰੱਬ ਲੱਭਦਾ ਫਿਰਦਾ ਮੇਰਾ ਬੰਦਾ ਮਾਰਦਾ ਕਿਉਂਕਿ ਪੂਰੀ ਤਾੜੀ ਮਾਰਨ ਲੱਗੀ ਸੀ, ਮਾਰਦਾ ਕਿਉਂਕਿ ਕੋਈ ਅਪਰਾਧ ਨਹੀਂ ਕਰਦਾ। ਅਸਲ ਜਿਹੜੀ ਗੱਲ ਹੈਗੀ ਆ ਨਾ, ਇਹ ਮੇਰੀ ਜ਼ਿੰਦਗੀ 'ਚ ਵੀ ਇਹ ਸੀ ਕਿ ਮੈਂ ਚੰਗਾ ਬੰਦਾ ਬਣਨ ਦੀ ਕੋਸ਼ਿਸ਼ ਕਰ। ਚੰਗਾ ਬੰਦਾ ਬਣਨ ਦੇ ਵਾਸਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਤੋਂ ਉੱਠ ਕੇ, ਆਪਣੀ ਸਤ੍ਹਾ ਤੋਂ ਉੱਠ ਕੇ ਦੂਜੇ ਨੂੰ ਜਾਣ ਸਕੋ, ਦੂਜੇ ਨੂੰ ਪਛਾਣ ਸਕੋ, ਦੂਜੇ ਦੇ ਦੁੱਖ ਨਾਲ ਇੱਕ ਸਾਂਝ ਪਾ ਸਕੋ। ਉਹ ਕਿਹਾ ਸੀ ਨਾ ਭਾਈ ਗੁਰਦਾਸ ਨੇ ਕਿ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਖਿਆ। ਜਿਹੜਾ ਲੇਖਕ ਹੈ ਤੇ ਜਿਹੜਾ ਚੰਗਾ ਬੰਦਾ ਹੈ ਨਾ, ਉਹ ਆਪਣੇ ਆਪ ਨੂੰ ਸਦਾ ਤੋਂ ਉੱਚਾ ਚੁੱਕਦਾ, ਆਪਣੀ ਮੁੱਢ ਤੋਂ ਉੱਚਾ ਚੁੱਕਦਾ। ਜਦੋਂ ਉੱਚਾ ਚੁੱਕਦਾ ਹੈ ਤੇ ਜਦੋਂ ਦੇਖਦਾ ਹੈ ਕਿ ਚਾਰ ਚੁਫੇਰੇ ਜਿਹੜੀ ਧਰਤੀ ਬਣਦੀ ਪਈ ਆ,
ਮੈਂ ਨਹੀਂ ਬਣਦਾ ਪਿਆ, ਮੇਰਾ ਘਰ ਹੀ ਨਹੀਂ ਤਾਂ ਸੜਦਾ ਪਿਆ। ਇਹ ਚਾਰਚ ਫਿਰ ਜਿਹੜੀ ਧਰਤੀ ਬਲਦੀ ਪਈ ਆ, ਇਸ ਬਲਦੀ ਹੋਈ ਧਰਤੀ ਨੂੰ ਠੰਡਕ ਪਹੁੰਚਾਉਣ ਵਾਸਤੇ ਮੇਰੇ ਖੂਨ ਦੇ ਛਿੱਟਿਆਂ ਦੀ ਵੀ ਜ਼ਰੂਰਤ ਹੈਗੀ ਆ। ਜਦੋਂ ਬੰਦਾ ਇਸ ਪੱਧਰ ਤੇ ਆ ਕੇ ਵੀ ਸੋਚੇਗਾ, ਸਦਾ ਤੋਂ ਉੱਠਣ ਦੀ ਮੈਂ ਗੱਲ ਪਿਛਲੇ ਵੀ ਦਿਨ ਇੱਥੇ ਕੀਤੀ ਸੀਗੀ ਕਿ ਸਦਾ ਤੋਂ ਉੱਠ ਕੇ ਜਦੋਂ ਅਸੀਂ ਦੇਖਦੇ ਹਾਂ ਨਾ, ਕਹਿੰਦੇ ਜਿਹੜਾ ਪਹਿਲਾ ਪੁਲਾੜ ਯਾਤਰੀ ਸੀ ਯੂਰੀ ਗਗਾਰਿਨ ਰੂਸ ਦਾ, ਉਹ ਪਹਿਲੀ ਵਾਰ ਪੁਲਾੜ ਚੋਂ ਗਿਆ ਸੀ। ਬਾਅਦ ਵਿੱਚ ਅਮਰੀਕਾ ਪਹਿਲਾਂ ਉੱਤਰ ਗਿਆ ਜਾ ਕੇ ਚੰਦਰਮਾਸ ਦੇ ਨੀਲ ਆਰਮਸਟਰੋਂਗ ਵਗੈਰਾ ਜਿਹੜੇ ਸੀਗੇ, ਪਰ ਜਿਹੜਾ ਸਭ ਤੋਂ ਪਹਿਲਾਂ ਪੁਲਾੜ ਚ ਪਤਾ ਗਿਆ ਉਹ ਯੂਰੀ ਗਗਾਰਿਨ ਸੀ। ਉਦੋਂ ਅਜੇ ਸੋਵੀਅਤ ਯੂਨੀਅਨ ਇਕੱਠਾ ਸੀ। ਉਹ ਕਹਿੰਦੇ ਨੇ ਜਦੋਂ ਉਹ ਪੁਲਾੜ ਵਿੱਚ ਉਹਨੂੰ ਇਹ ਸਵਾਲ ਕੀਤਾ ਗਿਆ ਕਿ ਤੈਨੂੰ ਇੱਥੋਂ ਆਪਣਾ ਸੋਵੀਅਤ ਰੂਸ ਕਿਹੋ ਜਿਹਾ ਦਿਸਦਾ ਹੈ, ਤੇ ਉਹਨੇ ਜਵਾਬ ਦਿੱਤਾ ਸੀ ਮੈਨੂੰ ਇੱਥੋਂ ਮੇਰਾ ਸੋਵੀਅਤ ਰੂਸ ਨਹੀਂ ਦਿਸਦਾ, ਮੈਨੂੰ ਇੱਥੋਂ ਮੇਰੀ ਧਰਤੀ ਦਿਸਦੀ। ਇਹ ਸਦਾ ਤੋਂ ਉੱਪਰ ਉੱਠਣ ਦੀ ਗੱਲ ਹੈਗੀ। ਉਸ ਵੇਲੇ ਇੱਥੇ ਤਾਂ ਅਸੀਂ ਦੇਸ਼ਾਂ ਦੀਆਂ ਹੱਦਾਂ ਦੀਆਂ ਵੰਡਾਂ ਦੀਆਂ ਲੜਾਈਆਂ ਕਰਦੇ ਹਾਂ, ਪਰ ਜਦੋਂ ਉੱਪਰ ਜਾਂਦਾ ਹੈ ਬੰਦਾ ਤਾਂ ਫਿਰ ਸਾਰੀ ਧਰਤੀ ਉਸਦੀ ਹੋ ਜਾਂਦੀ, ਅਤੇ ਉਹ ਫਿਰ ਸਾਰੀ ਧਰਤੀ ਤਾਂ ਜਿਹੜਾ ਦੁੱਖ ਹੈ ਜਿਹੜਾ ਕਲੇਸ਼ ਹੈ ਜਿਹਨੂੰ ਮੈਂ ਕਹਿੰਦਾ ਜਿਹੜਾ ਸੰਵੇਦਨਸ਼ੀਲ ਬੰਦਾ ਹੈ ਨਾ ਅਸਲ 'ਚ, ਉਹ ਇਹ ਗੱਲ ਮਹਿਸੂਸ ਕਰ ਸਕਦਾ ਹੈ। ਅਹਿਸਾਸ ਬੰਦਾ ਸੈਂਸਿਟਿਵ ਬੰਦਾ, ਜਿਹਦੇ ਬਾਰੇ ਕੁਲਵੰਤ ਸਿੰਘ ਵਿਰਕ ਨੇ ਕਿਹਾ ਸੀਗਾ ਕਿ ਲੇਖਕ ਉਹ ਹੀ ਹੋ ਸਕਦਾ ਜਿਹੜਾ ਪਤਲ ਚੰਮਾ ਹੋਵੇ। ਪਤਲ ਚੰਮੇ ਦਾ ਮਤਲਬ ਜਿਹਦਾ ਚੰਮ, ਉਹ ਕਿਉਂਕਿ ਖੇਤੀਬਾੜੀ ਵਾਲੇ ਸਮਾਜ ਨਾਲ ਜੁੜੇ ਹੋਏ ਸਨ, ਅਤੇ ਉਹ ਉਦੋਂ ਹਲ ਵਾਹੁਣ ਦੇ ਵਾਸਤੇ ਪਸ਼ੂਆਂ ਦੀ ਧੱਗਿਆਂ ਦੀ ਜ਼ਰੂਰਤ ਸੀ। ਮੈਂ ਕਿਹਾ ਸੀਗਾ ਪਿੱਛੇ ਗੱਲ ਚਿੱਤੇ ਆ ਗਈ, ਮੈਂ ਉਹਨੂੰ ਕਿਹਾ ਭਾਈ ਮੈਂ ਤਾਂ ਬਿਮਾਰ ਹਾਂ, ਅਤੇ ਮੇਰੀ ਤਾਂ ਉਹ ਹਾਲਤ ਆ ਵੀ ਮਾੜਾ ਢੰਗਾ ਅਤੇ ਛੱਤੀ ਰੋਗ, ਅਤੇ ਇਹ ਬਹੁਤ ਸ਼ੈਤਾਨ ਬੰਦਾ ਕਹਿੰਦਾ ਆ, ਅਤੇ ਧੱਗੇ ਦੇ ਤੁਸੀਂ ਇੰਨੇ ਮਾੜੇ ਨਹੀਂ ਹੈਗੇ, ਕੀ ਕਹਿ ਗਿਆ ਮੈਨੂੰ ਉਸ ਤਰ੍ਹਾਂ ਵੀ ਹੈਗਾ ਢੰਗਾ ਹੀ ਆ। ਇਹਦੇ ਭਾਣੇ ਦੀ ਗੱਲ ਸੀ ਸਮਝਿਆ, ਮੈਂ ਰਮਜ਼ਾ ਸਮਝ ਲੈਂਦਾ ਹੈ। ਉਹ ਢੱਗੇ ਚੁੱਕਦੇ ਹੁੰਦੇ ਸੀ, ਅਤੇ ਕੁਝ ਪਸ਼ੂ ਇਸ ਤਰ੍ਹਾਂ ਦੇ ਹੁੰਦੇ ਨੇ, ਕੁਝ ਬੈਲ ਵੀ ਇਸ ਤਰ੍ਹਾਂ ਦੇ ਹੁੰਦੇ ਸੀ ਜਿਨ੍ਹਾਂ ਦੇ ਪਿੰਡੇ ਉੱਤੇ ਪੁਰਾਣੀ ਰੱਖੋ ਛਾਂਟ ਰੱਖੋ, ਅਤੇ ਉਹ ਕੰਢ ਮਨਾਉਂਦੇ ਸੀ, ਉਹ ਗੁੱਸਾ ਕਰਦੇ ਸੀ। ਮੇਰੇ ਪਿੰਡੇ ਦੇ ਪਿਓ ਰੱਖੇ ਉਹਨਾਂ ਦੀਆਂ ਉਸ ਜਦ ਪੁਰਾਣੀ ਰੱਖਦੇ ਸੀ, ਉਹਨਾਂ ਦੇ ਵਾਲ ਖੜੇ ਹੋ ਜਾਂਦੇ ਸੀ, ਲੋਹੀ ਖੜੀ ਹੋ ਜਾਂਦੀ ਸੀ ਉਹਨਾਂ ਦੀ, ਔਰ ਉਹ ਧੁੱਪ ਸੱਗੇ ਸਾਲ ਮਾਰ ਕੇ ਫਿਰ ਭੱਜਦੇ ਸੀ। ਅਤੇ ਇੱਕ ਹੁੰਦੇ ਇਹੋ ਜਿਹੇ ਜਿਹਨਾਂ ਨੂੰ ਤੁਸੀਂ ਕੁੱਟੀ ਜਾਓ ਮਾਰੀ ਜਾਓ ਪੁਰਾਣੀਆਂ, ਉਹਨਾਂ ਨੇ ਪਿਓ ਦੇ ਪੁੱਤਾਂ ਨੇ ਪਿਓ ਦੇ ਪੁੱਤ ਹੋਏ ਨੇ ਤੇ ਮੇਰੇ ਵਰਗੇ ਹੋ ਗਏ, ਉਹਨਾਂ ਨੇ ਕਿਹਾ ਪੁਰਤਾਂ ਦੀ ਸਿਆਣਾ ਵੀ ਕੀਤੀ ਜਾਣਾ ਹੈ, ਉਹਨਾਂ ਨੂੰ ਕਹਿੰਦੇ ਮੋਟੇ ਚੰਮ ਵਾਲੇ। ਤੁਹਾਡੇ 'ਚ ਵੀ ਆਪਾਂ ਕਹਿ ਦਿੰਦੇ ਫਲਾਣੀ ਮੋਟੀ ਵਰਤਿਆ,
ਕੁਝ ਤੇ ਬਰੀਕ ਬਾਤ ਵਾਲੇ ਹੋ ਸੋ ਲੇਖਕ ਜਿਹੜਾ ਹੈ ਨਾ ਉਹ ਪੱਤਲ ਚੰਮਾ ਹੁੰਦਾ ਹੈ ਸੰਵੇਦਨਸ਼ੀਲ ਹੁੰਦਾ ਹੈ ਜਿਹੜਾ ਸੰਵੇਦਨਸ਼ੀਲ ਨਹੀਂ ਹੈਗਾ ਜਿਹੜਾ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਬਣਾ ਕੇ ਮਹਿਸੂਸ ਨਹੀਂ ਕਰਦਾ ਉਹ ਕਦੀ ਲੇਖਕ ਨਹੀਂ ਬਣ ਸਕਦਾ ਉਹ ਕਲਾਕਾਰ ਨਹੀਂ ਬਣ ਸਕਦਾ ਉਹ ਬੰਦਾ ਹੀ ਨਹੀਂ ਬਣ ਸਕਦਾ ਸੱਚੀ ਗੱਲ ਹੈ ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਬੰਦਾ ਬਣਨਾ ਹੈ ਇਨਸਾਨ ਬਣਨਾ ਹੈ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ ਸੰਵੇਦਨਸ਼ੀਲਤਾ ਅਸਲ 'ਚ ਜਿਹੜੇ ਲੇਖਕ ਨੇ ਨਾ ਉਹਨਾਂ ਦੀਆਂ ਲਿਖਤਾਂ ਉਹਨਾਂ ਦੀ ਸੰਵੇਦਨਾ 'ਚੋਂ ਨਿਕਲ ਜਾਂਦਾ ਇੱਕ ਸ਼ਾਇਰਾਨਾ ਖਿਆਲ ਕਿਸੇ ਨੇ ਕਿਹਾ ਸੀਗਾ ਕਿ ਕੋਈ ਮੋਮਬੱਤੀ ਬਲਦੀ ਪਈ ਸੀ ਅਤੇ ਧਾਗਾ ਬਲਦਾ ਪਿਆ ਆ ਅਤੇ ਨਾਲ ਨਾਲ ਮੋਮ ਨਿਕਲਦੀ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਨਾ ਤੋ ਜਿਹੜਾ ਬਲਦਾ ਹੋਇਆ ਧਾਗਾ ਸੀ ਉਹਨੇ ਪਿਛਲੀ ਜਾਂਦੀ ਮੋਮ ਨੂੰ ਕਹਿੰਦੇ ਸਵਾਲ ਕੀਤਾ ਕਿ ਸਮਾਂ ਤੇ ਬਲਣਾ ਮੇਰੀ ਤਾਂ ਕਿਸਮਤ ਵਿੱਚ ਹੀ ਲਿਖਿਆ ਹੋਇਆ ਹੈ ਪਰ ਤੂੰ ਕਿਉਂ ਹਰ ਵੇਲੇ ਮੇਰੇ ਨਾਲ ਨਾਲ ਪਿਛਲੀ ਤੇ ਮੋਮ ਨੇ ਅੱਗੋਂ ਜਵਾਬ ਦਿੱਤਾ ਜਿਹਨੂੰ ਇੰਨੀ ਮੁਹੱਬਤ ਦੇ ਨਾਲ ਆਪਣੇ ਸੀਨੇ 'ਚ ਵਸਾਇਆ ਹੋਵੇ ਉਹਦਾ ਸਮਾਂ ਤੇ ਬਲਣਾ ਮੈਂ ਬਰਦਾਸ਼ਤ ਕਿਵੇਂ ਕਰ ਸਕਦੀ ਹਾਂ ਲੇਖਕ ਵੀ ਉਹ ਹੀ ਹੈ ਜਿਹੜਾ ਆਪਣੇ ਅੰਦਰ ਆਪਣੇ ਲੋਕਾਂ ਨੂੰ ਬਿਠਾ ਕੇ ਰੱਖਦਾ ਹੈ ਔਰ ਜਿਉਂ ਜਿਉਂ ਤੁਹਾਡੇ ਚੌਗਿਰਦੇ ਦੇ ਲੋਕ ਜਿਨ੍ਹਾਂ ਨਾਲ ਤੁਹਾਡੀ ਰਿਸ਼ਤਗੀ ਹੈ ਜਿਨ੍ਹਾਂ ਦੇ ਦੁੱਖ ਨੂੰ ਤੁਸੀਂ ਆਪਣਾ ਦੁੱਖ ਜਾਣਦੇ ਹੋ ਜਿਉਂ ਜਿਉਂ ਉਹ ਸੜਦੇ ਨੇ ਜਿਉਂ ਜਿਉਂ ਉਹ ਬਲਦੇ ਨੇ ਤੁਹਾਡੀਆਂ ਲਿਖਤਾਂ ਜਿਹੜੀਆਂ ਨੇ ਤੁਹਾਡੀ ਸ਼ਾਇਰੀ ਜਿਹੜੀ ਆ ਉਹ ਤਿਉਂ ਤਿਉਂ ਸ਼ਬਦਾਂ ਦੇ ਰੂਪ ਦੇ ਵਿੱਚ ਮੋਮ ਵਾਂਗ ਢੱਲ ਕੇ ਕਾਗਜ਼ਾਂ ਉੱਤੇ ਉਤਰਦੀ ਤੇ ਮੇਰੇ ਕੋਲ ਰੱਬ ਵੱਲੋਂ ਸੰਵੇਦਨਸ਼ੀਲ ਮਨ ਸੀਗਾ ਛੋਟੇ ਹੁੰਦੇ ਆ ਕੋਈ ਤੁਹਾਡਾ ਟਾਈਮ ਕਿੰਨਾ ਕਿ ਮੈਂ ਉਹਨਾਂ ਕੀ ਬਿੱਟ ਚਾਹੇ ਗੱਲ ਸਵੇਰ ਦਾ ਮਨ ਕਰਦਾ ਤੁਹਾਡਾ ਟਾਈਮ ਖੁੱਲ੍ਹਾ ਜੀ ਜਿੰਨਾ ਚਿਰ ਤੁਹਾਡਾ ਜੀਜਾ ਕਰਦਾ ਜਾਨੀ ਅੱਜ ਦੀ ਗੱਲ ਜਿੰਨੀ ਕੁ ਲੱਗ ਗਈ ਕਿ ਨਿਬੜ ਜੇ ਜਾਊਗੀ ਵਿੱਚ ਜੇ ਕੋਈ ਵਿਦਿਆਰਥੀ ਵੀ ਕੁਛ ਪੁੱਛ ਲੈਣਗੇ ਕੀ ਨਾ ਗੱਲ ਜੀ ਤੇ ਮੈਂ ਕਹਿੰਦਾ ਫਿਰ ਪੁੱਛ ਹੀ ਲੈਣ ਕਿੱਦੀ ਗੱਲ ਸੀ ਮੇਰੇ ਕੋਲ ਉਹਨਾਂ ਦੇ ਮੈਂ ਇੰਨਾ ਗੁਰੂ ਤਿਆਰ ਜੇ ਬੈਠੇ ਆ ਨਾ ਉਹਨੂੰ ਇਸ ਕਰਕੇ ਡਰਦਾ ਆ ਕਿਉਂਕਿ ਮੈਂ ਪੁਰਾਣਾ ਬੰਦਾ ਮੇਰੇ ਕੋਲ ਨਵਾਂ ਤੇ ਕੁਛ ਹੈ ਨਹੀਂ ਤੇ ਜਿਹੜੀਆਂ ਮੇਰੀ ਜ਼ਿੰਦਗੀ ਦੀਆਂ ਗੱਲਾਂ ਨੇ ਉਹ ਸਾਰੀਆਂ ਮੈਂ ਕਈ ਵਾਰ ਰੂਬਰੂਆਂ 'ਚ ਕੀਤੀਆਂ ਹੁੰਦੀਆਂ ਹੁਣ ਤੇ ਮੈਂ ਆਪਣੀ ਉਹ ਸਵੈ ਸਹਿਤ ਸਵੈ ਜੀਵਨੀ ਵੀ ਲਿਖ ਬੈਠਾ ਆ ਕੋਈ ਗੱਲ ਉਮੀਦ ਨਹੀਂ ਰਹਿ ਗਈ ਇੰਟਰਵਿਊਆਂ 'ਚ ਕੀਤੀਆਂ ਹੋਈਆਂ ਨੇ
ਜਿਹੜੀਆਂ ਕੁਝ ਰਹਿੰਦੀਆਂ ਸੀ ਉਹ ਸਵੈ ਜੀਵੀ ਦਾ ਇੱਕ ਵੱਖਰਾ ਭਾਗ ਮੈਂ ਲਿਖਦਾ ਪਿਆ, ਉਹ ਛਪੇ ਹੋਏ ਛਪਦੇ ਜਾ ਦੇ ਨਾਲ ਉਹਦੇ 'ਚ ਪਈਆਂ ਹੋਈਆਂ ਨੇ। ਮੈਂ ਤਾਂ ਕਈ ਵਾਰ ਹਾਸੇ ਦਾ ਚਰਤੀ ਤੋਂ ਹੈਗਾ, ਮੈਨੂੰ ਪਿੱਛੇ ਆਪਣੇ ਕਾਲਜ ਬੁਲਾਇਆ ਤੇ ਮੈਂ ਸ਼ਾਇਦ ਉੱਥੇ ਗੱਲ ਕਹੀ ਸੀ ਕਿ ਉਹ ਮੇਰੀ ਮੈਨੂੰ ਕੁਛ ਸਾਲ ਪਹਿਲਾਂ ਜਲੰਧਰ ਰੇਡੀਓ ਸਟੇਸ਼ਨ ਤੋਂ ਇੱਕ ਕੁੜੀ ਕੀਤੀ ਆ ਜੀ, ਮੈਂ ਰਜਿੰਦਰ ਬਿਮਲ ਦੀ ਕੁੜੀ ਹਾਂ, ਪਬਲਿਸ਼ਰ ਹੈ ਜਿਹੜਾ ਉਹਦੇ, ਮੈਂ ਤੁਹਾਡੀ ਭਤੀਜੀ ਲੱਗਦੀ ਹਾਂ। ਮੈਂ ਸਵੇਰੇ ਨਾ ਐਫ ਐਮ ਚੈਨਲ 'ਤੇ ਰੇਡੀਓ 'ਤੇ ਤੁਹਾਡੇ ਨਾਲ ਡਾਇਰੈਕਟ ਗੱਲਬਾਤ ਕਰਨੀ ਆ, ਘਰੇ ਬੈਠਿਆ ਮੈਂ ਕਿਹਾ ਪੁੱਤ ਮੈਂ ਇਹਨੇ ਹਫ਼ਤਾ ਪਹਿਲਾਂ ਗੱਲ ਕਰਕੇ ਹਟਿਆ ਇਸੇ ਚੈਨਲ ਤੋਂ। ਉਹ ਕਹਿੰਦੀ ਨਹੀਂ ਨਹੀਂ ਅੰਕਲ ਤੁਸੀਂ, ਮੈਂ ਤੁਹਾਡੀ ਭਤੀਜੀ ਹੈ, ਮੈਂ ਵੀ ਕਰਦੀ। ਮੈਂ ਚੰਗਾ ਪੁੱਤ ਤੂੰ ਵੀ ਕਰ ਲੈਂਦੀ ਫਿਰ, ਮੈਂ ਵੀ ਦੱਸੂ ਮੈਂ ਕੀ ਕਰਨੀ ਗੱਲ। ਉਹਦਾ ਫੋਨ ਆ ਗਿਆ, ਮੈਂ 7:30 ਵਜੇ ਡਰੈਗ ਰੂਮ 'ਚ ਬਹਿ ਗਿਆ, ਇੱਕ ਪਾਸੇ ਫੋਨ ਪਿਆ ਸੀ ਅਤੇ ਮੈਂ ਕੰਨ ਨੂੰ ਲਾ ਲਿਆ ਆਪਣੇ ਨੂੰ ਅਤੇ ਮੈਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰ ਦਿੱਤੇ। ਅਤੇ ਘਰਦਿਆਂ ਨੂੰ ਪਤਾ ਸੀਗਾ, ਮੈਂ ਕਿਹਾ ਸੀ ਕਿ ਤੁਸੀਂ ਚੁੱਪ ਰਹੋ, ਪਰ ਮੇਰੀ ਛੋਟੀ ਧੀ ਜਿਹੜੀ ਆ ਉਹ ਅਤੇ ਨਾਲੇ ਪਿੱਛੇ ਲੌਬੀ ਨੂੰ ਠੀਕ ਠਾਕ ਕਰਦੀ ਫਿਰੇ ਅਤੇ ਨਾਲੇ ਹੱਸੀ ਜਾਵੇ, ਹਾਸਾ ਰੋਕਣ ਦੀ ਕੋਸ਼ਿਸ਼ ਕਰੇ ਪਰ ਹਾਸਾ ਉਹਦਾ ਨਿਕਲ ਨਿਕਲੀ ਜਾ ਪੈਂਦਾ। ਅਤੇ ਮੈਂ ਹੱਥ ਦੇ ਨਾਲ ਉਹਨੂੰ ਰੋਕਿਆ, ਤੇਰਾ ਵੀ ਹਾਸਾ ਨਿਕਲ ਦੂਗਾ, ਲਾਈਨ ਜ਼ਿਆਦਾ ਪਿਆ ਆ। ਖੈਰ ਮੇਰੀ ਉਹ ਇੰਟਰਵਿਊ ਦੇ ਪੂਰੀ ਹੋ ਗਈ ਅਤੇ ਬਾਅਦ 'ਚ ਮੈਂ ਉਹਨੂੰ ਪੁੱਛਿਆ ਕਿ ਤੇਰਾ ਬੇੜਾ ਤਰੇ, ਕਿ ਤੂੰ ਕਿਉਂ ਮੈਨੂੰ ਹਸਾਉਣ 'ਤੇ ਤੁਲੀ ਇੱਛਿਆ। ਅਤੇ ਮੈਂ ਡੈਡੀ ਹੈਰਾਨ ਆ ਕਿ ਇਹ ਜਿਹੜੇ ਲੋਕ ਤੁਹਾਨੂੰ ਪੁੱਛਦੇ ਆ ਇਹ ਕਮਲੇ ਹੀ ਯਾਰ ਮੈਂ ਹਿਸਾਬ ਲੈਣਾ। ਮੈਂ ਕਿਹਾ ਕਿਉਂ? ਕਹਿੰਦੇ ਵੀ ਤੁਸੀਂ ਇਹ ਗੱਲਾਂ ਪਤਾ ਨਹੀਂ 1001 ਵਾਰ ਕਹਿ ਚੁੱਕੇ ਹੋ, ਸੁਣਾ ਚੁੱਕੇ ਹੋ। ਕਹਿੰਦੇ ਵੀ ਉਹ ਤੁਹਾਡੀ ਥਾਂ 'ਤੇ ਸਿੱਧਾ ਸਾਨੂੰ ਪੁੱਛ ਲਿਆ ਕਰ, ਕਿ ਜੋ ਕੁਝ ਤੁਸੀਂ ਬੋਲਦਾ ਸੀ ਰੂਪ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਬੋਲ ਦੇਣਾ। ਤੋ ਇਹਨਾਂ ਨੂੰ ਤਾਂ ਇਸ ਕਰਕੇ ਡਰਦਾ ਵੀ ਨਾ ਮੇਰੀਆਂ ਰੂਪ ਗੱਲਾਂ ਸੁਣੀਆਂ ਹੋਈਆਂ ਨੇ। ਅਤੇ ਤੁਸੀਂ ਸਵਾਲ ਹੀ ਪੁੱਛ ਲਓ, ਚਲੋ ਚੰਗੀ ਗੱਲ ਹੈਗੀ ਆ ਇਹਦੇ ਨਾਲ। ਵੈਸੇ ਤਾਂ ਸੱਚੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਰਿਕਾਰਡ ਤੋੜ ਤੋਂ ਵੀ ਜੇ ਇਹਦੇ ਵਿਦਿਆਰਥੀ ਸਵਾਲ ਪੁੱਛਣਗੇ ਤਾਂ, ਕਿਉਂਕਿ ਮੈਂ ਵੀ ਪੜ੍ਹਾਇਆ ਆ ਅਤੇ ਮੈਂ ਤਾਂ 20-25 ਸਾਲ ਤਰਲੇ ਲੈਂਦਾ ਰਿਹਾ ਕਿ ਪੁੱਤ ਜਿਹੜਾ ਕੱਲ੍ਹ ਪੜ੍ਹਾਇਆ ਸੀ ਉਹਦੇ ਬਾਰੇ ਕੋਈ ਸਵਾਲ ਪੁੱਛ ਲਓ। ਅਤੇ ਉਹਦੇ ਬਾਰੇ ਰਵੱਈਆ ਇਸ ਤਰ੍ਹਾਂ ਹੁੰਦਾ ਸੀਗਾ, ਜਦੋਂ ਮੈਂ ਬੋਲਦਾ ਹੁੰਦਾ ਸੀ ਉਦੋਂ ਬਹੁਤ ਇਤਿਹਾਸ ਨਾਲ ਦੇਖਦੇ। ਸਾਡੇ ਇਲਾਕੇ ਦਾ ਕਾਂਗਰਸ ਹੁੰਦਾ ਸੀ ਰਤਨ ਸਿੰਘ ਦੌਲੀਪੁਰ, ਉਹਦਾ ਇੱਕ ਲਤੀਫਾ ਜਿਹਾ ਹੈਗੀ ਆ, ਉਹ ਕਹਿੰਦਾ ਕਿ ਮੈਂ ਫੌਜ ਵਿੱਚ ਹੁੰਦਾ ਸੀਗਾ ਅੰਗਰੇਜ਼ੀ ਰਾਜ ਵੇਲੇ, ਅਤੇ ਮੈਂ ਫੌਜੀਆਂ ਨੂੰ ਪੜ੍ਹਾਉਂਦਾ ਹੁੰਦਾ ਸੀ ਸਿਵਿਕਸ ਸੈਂਸ, ਉਦੋਂ ਸਿਵਿਕਸ ਹੁੰਦੀ ਸੀਗੀ ਵੀ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਸਫਾਈ ਕਿਵੇਂ ਰੱਖਣੀ ਹੈ, ਹੈ ਨਾ, ਇਹ ਮੈਂ ਪੜ੍ਹਾਉਂਦਾ ਹੁੰਦਾ ਸੀਗਾ। ਉਹ ਕਹਿੰਦਾ ਮੈਂ 6-6 ਫੁੱਟ ਦੇ ਜਵਾਨ ਮਾਝੇ ਮਾਲਵੇ ਦੁਆਬੇ ਦੇ, ਅਤੇ ਮੈਂ ਉਹਨਾਂ ਨੂੰ ਇਹ ਸਿੱਖਿਆ ਦਿਆ ਕਰਨੀ। ਇੱਕ ਦਿਨ ਅੰਗਰੇਜ਼ ਸਾਹਿਬ ਕਹਿੰਦਾ ਵੀ ਮੈਂ ਰਤਨ ਸਿੰਘ ਐਸਾ ਹੈ ਕਿ ਹਮ ਤੁਹਾਡੀ ਕਲਾਸ ਕਾ ਟੈਸਟ ਲੈਣਾ ਮਾਨਤਾ। ਉਹ ਜਨਾਬ ਲਓ ਕਿੱਡੀ ਕਿੱਡੀ ਗੱਲ ਹੈਗੀ ਆ। ਉਹ ਆਦਾ ਚੰਗਾ ਫਿਰ ਡੇ ਆਫਟਰ ਟੂ ਮਾਰੋ ਹੈ ਵੀ ਹੋ ਜੂਗਾ। ਪਤਾ ਚੰਗਾ ਜੀ, ਉਹਨੇ ਜਾ ਕੇ ਅਤੇ ਆਪਣੇ ਜਵਾਨਾਂ ਨੂੰ ਕਿਹਾ ਆਪਣੇ ਅਗਲੇ ਦਿਨ ਆ ਗਿਆ, ਭਰਾਓ ਗੱਲ ਇਹ ਆ ਵੀ ਸਾਹਿਬ ਨੇ ਲੈਣਾ ਆਪਣਾ ਟੈਸਟ, ਅਤੇ ਹੁਣ ਗੱਲ ਇਹ ਆ ਕਿ ਆਪਣੀ ਤੁਹਾਡੀ ਵੀ ਅਤੇ ਮੇਰੀ ਵੀ ਇੱਜ਼ਤ ਦਾ ਸਵਾਲ ਹੈ। ਅਤੇ ਗੱਲ ਇਹ ਆ ਕਿ ਸਾਹਿਬ 'ਤੇ ਪ੍ਰਭਾਵ ਬੜਾ ਵਧੀਆ ਪੈਣਾ ਚਾਹੀਦਾ ਵੀ ਇਹਨੇ ਪੜ੍ਹਾਇਆ ਬੜਾ ਅਤੇ ਮੁੰਡੇ ਜਵਾਨ ਲੈਕ ਬੜੇ, ਅਤੇ ਉਹਦੇ ਲਈ ਕਿਵੇਂ ਫਿਰ ਕਰੀਏ ਆਪਾਂ? ਕਹਿੰਦਾ ਕੰਮ ਹੀ ਸੌਖਾ,
ਕਹਿੰਦਾ ਕਿ ਮੈਂ ਤੁਹਾਨੂੰ ਸਵਾਲ ਪੁੱਛੂਗਾ ਬੜਾ ਸੌਖਾ ਜਿਹਾ ਤੇ ਤੁਸੀਂ ਕਿਤੇ ਭਾਵੇਂ ਜਵਾਬ ਆਉਂਦਾ ਹੋਵੇ ਤੇ ਭਾਵੇਂ ਹੱਥ ਆਉਂਦਾ ਹੋਵੇ ਹੱਥ ਖੜਾ ਸਾਰਿਆਂ ਨੇ ਕਰ ਦੇਣਾ ਸਾਰਿਆਂ ਨੇ ਜਵਾਬ ਸਾਰਿਆਂ ਦੇ ਖੜੇ ਹੋਏ ਸਾਹਿਬ ਦੇ ਬੰਦੇ ਆਪੇ ਪੈ ਚੜੀ ਹੈ ਭਾਈ ਬੱਲੇ 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 ਵੇਖ ਲਾ ਫਿਰ ਅੰਦਰ ਸਿੰਘ ਨੇ ਕਿਹਾ ਕਲਾਸ ਪੜ੍ਹਾਈ ਆ ਸਾਰਿਆਂ ਦੇ ਹੱਥ ਖੜੇ ਨੇ ਕਹਿੰਦਾ ਪੁੱਛੂਗਾ ਮੈਂ ਉਹਨੂੰ ਜਿਹੜਾ ਮੇਰੀਆਂ ਅੱਖਾਂ ਚ ਅੱਖਾਂ ਪਾ ਕੇ ਵੇਖਦਾ ਹੋਊਗਾ ਇਹਦਾ ਮਤਲਬ ਇਹ ਆ ਕਿ ਉਹਨੂੰ ਜਵਾਬ ਆਉਂਦਾ ਨਹੀਂ ਠੀਕ ਆ ਸਾਹਿਬ ਤੇ ਮਸਲਾ ਹੀ ਹੱਲ ਹੋ ਗਿਆ ਤਾਂ ਉਹਨੂੰ ਜਵਾਬ ਠੀਕ ਦੇ ਦੇਣਾ ਹੈ ਤੇ ਬੱਲੇ ਬੱਲੇ ਆਪਣੀ ਕਲਾਸ ਤੇ ਹੋ ਜਾਣੀ ਹੈ ਕਿ ਅਗਲੇ ਦਿਨ ਸਾਹਿਬ ਆ ਗਿਆ ਸਾਹਿਬ ਨੇ ਆਖਿਆ ਕਿ ਮੈਂ ਰਤਨ ਸਿੰਘ ਕਲਾਸ ਨੂੰ ਸਵਾਲ ਪੁੱਛੋ ਰਤਨ ਸਿੰਘ ਨੇ ਸਵਾਲ ਪੁੱਛਿਆ ਹਾਲਾਂਕਿ ਜਵਾਬੋਂ ਗੱਲ ਇਹ ਆ ਕਿ ਜੇ ਆਸੇ ਪਾਸੇ ਦੀ ਘਰ ਦੀ ਸਫਾਈ ਦੀ ਗੱਲ ਸੀ ਨਾ ਸਾਡੇ ਜਵਾਬੋਂ ਗੱਲ ਇਹ ਆ ਕਿ ਜੇ ਤੁਹਾਡੇ ਘਰ 'ਚ ਚੂਹਾ ਮਰ ਜਾਏ ਤਾਂ ਤੁਸੀਂ ਕੀ ਕਰੋਗੇ ਪਹਿਲਾਂ ਸਾਰਿਆਂ ਦੇ ਹੱਥ ਤੇ ਹੁਣ ਉਹਨੇ ਜਿਹੜਾ ਉਹਦੇ ਵੱਲ ਵੇਖਦਾ ਸੀ ਉਹਨੂੰ ਸਵਾਲ ਪੁੱਛਣਾ ਸੀ ਨਾ ਹੱਥ ਸਾਰਿਆਂ ਦੇ ਐ ਤੇ ਮੂੰਹ ਸਾਰਿਆਂ ਦੇ ਹੁਣ ਉਹ ਪੁੱਛੇਂਦੇ ਕਿਹਨੂੰ ਪੁੱਛੇ ਉਹ ਉਹਨੂੰ ਮੱਖਾਂ ਦੇ ਕੋਈ ਮੁਲਾਵੇ ਲਾਦ ਵਾਲੀਆਂ ਨੇ ਤਾਂ ਸੀ ਨਾ ਹਾਰ ਕੇ ਜਿਹੜਾ ਸਭ ਤੋਂ ਸਿਆਣਾ ਸੀ ਆਪਣੀ ਆਪ ਨੂੰ ਸਮਝਦਾ ਸੀ ਕਿ ਇਹ ਸਿਆਣਾ ਕਹਿੰਦਾ ਉਹਨੇ ਦੱਸਿਆ ਲੈ ਕਿ ਤੂੰ ਦੱਸ ਕਿ ਜੇ ਤੁਹਾਡੇ ਘਰ ਚੂਹਾ ਮਰ ਜਾਵੇ ਤੇ ਕੀ ਕਰੇਗਾ ਉਹ ਕਹਿੰਦਾ ਸਾਹਿਬ ਬਹਾਦਰ ਅਸੀਂ ਇਹਨੂੰ ਪੜ੍ਹ ਬੰਦੇ ਆ ਸਾਨੂੰ ਕੀ ਪਤਾ ਚੂਹੇ ਦਾ ਕੀ ਕਰਨਾ ਸੀ ਤੁਹਾਡੇ ਘਰ ਦੇ ਆ ਮਗਰ ਤੁਸੀਂ ਜੋ ਕਰਨਾ ਕਹਾਣੀਆਂ ਦੱਸੀਆਂ ਸੀ
ਇਹਨਾਂ ਨੇ ਕਿਹਾ ਕਿ ਤੂੰ ਅਜੇ ਬੜੇ ਦਿਨ ਰਹਿਣਾ ਹੈ, ਤੇਰੇ ਸਵਾਲਾਂ ਦੇ ਜਵਾਬ ਮੈਂ ਦੇਣੇ ਨਹੀਂ ਚਾਹੁੰਦਾ ਤੇ ਮੈਨੂੰ ਦੇਣੇ ਆਉਂਦੇ ਸੀਗੇ। ਪਰ ਇੱਕ ਦਿਨ ਮੈਂ ਕਿਹਾ ਨਾ ਕਿ ਇਹ ਵੰਡ ਵਾਲੇ ਜਿਹੜੀਆਂ ਕਹਾਣੀਆਂ ਸਾਰੀਆਂ ਦਾ ਤੁਸੀਂ ਕਿਤੇ ਵੀ ਵੱਖਰੇ ਤੌਰ ਤੇ ਜ਼ਿਕਰ ਨਹੀਂ ਕੀਤਾ, ਤੇ ਜੇ ਪੀ ਆਰ ਮੰਡੋ ਤੋਂ ਬਾਅਦ ਮੈਂ ਕੁਝ ਕੀਤਾ ਸੀ ਤੇ ਸਾਰਾ ਕੰਮ ਮੈਂ ਹੀ ਥੋੜਾ ਕਰਦਾ, ਕੋਈ ਤੂੰ ਵੀ ਕਰੀ ਨਾ। ਹੁਣ ਵੇਖ ਪੀ ਐਚ ਡੀ ਵਾਲੇ ਵਿਦਿਆਰਥੀ ਨੂੰ ਜਿਹਨੇ ਰਿਸਰਚ ਕਰਨੀ ਹੋਵੇ, ਇੰਨੀ ਡੂੰਘੀ ਗੱਲ ਕਰਨੀ ਹੋਵੇ, ਇੱਥੇ ਤਰਦੇ ਤਰਦੇ ਭਾਸ਼ਣ ਦੇ ਵਿੱਚ ਇਹ ਗੱਲਾਂ ਬਰੀਕ ਕਰਨੀਆਂ ਬੜੀਆਂ ਔਖੀਆਂ ਨੇ, ਕਿਉਂਕਿ ਤੇਰੇ ਜਿੰਨੇ ਸਾਰੇ ਡੂੰਘੇ ਨਿਗੇ ਹੈਗੇ, ਤੇਰਾ ਜਵਾਬ ਤੈਨੂੰ ਮੈਂ ਦੇਊਂਗਾ ਜ਼ਰੂਰ, ਇਕੱਲੇ ਹੁਣ ਮਿਲਿਆ ਗਿਆ ਆਪਣਾ ਯਾਰ ਆ, ਤੇ ਸੱਚੀ ਗੱਲ ਹੈਗੀ ਆਪਾਂ ਪੈਸੇ ਪੂਸੇ ਦਾ ਹਿਸਾਬ ਕਿਤਾਬ ਕੋਈ ਹੈਗੀ ਗਾ,
ਅਤੇ ਅਸੀਂ ਕਿਹੜੇ ਪੈਸੇ ਲੈ ਕੇ ਕਹਾਣੀਆਂ ਦਿੰਦੇ ਹਾਂ। ਇਹ ਆਇਆ ਅਤੇ 2000 ਰੁਪਈਆ ਸਾਡੇ ਟੇਬਲ 'ਤੇ ਰੱਖਿਆ, ਕਾਗਜ਼ ਜਿਹਾ ਲੈ ਗਿਆ, ਉਹਦੇ ਉੱਤੇ ਕਹਿੰਦਾ ਸਾਹਿਬ ਕਰਵਾ ਕੇ ਲੈ ਗਿਆ ਜੀ ਕਿ ਮੈਂ ਤੇ ਸਕ੍ਰਿਪਟ ਲਿਖਣੀ ਆ, ਮੈਂ ਫਿਰ ਬਣਾਉਂਦੀ, ਮੈਂ ਅੱਜ ਅੱਜ ਤੂੰ ਬੁਲਾ ਲਾ ਤੂੰ ਗੁਰਮਾਰ ਜੀ ਨੂੰ ਕਿਹਾ ਠੀਕ ਹੈ। 2 ਸਾਲ ਬਾਅਦ 3 ਸਾਲ ਬਾਅਦ ਮੈਂ ਉਹ ਠੀਕ ਠਾਕ ਆ ਛੱਪ ਗਈ, ਉਹਦੇ ਬਾਰੇ ਆ ਗਿਆ 1000 ਰੁਪਈਆ ਹੋਣਾ ਲਿਖਿਆ ਕਹਿੰਦਾ ਜੀ ਬਾਪਿਓ ਇਹਦੇ 'ਚ ਤੁਸੀਂ ਦੇਖਿਓ ਇਹਦੇ 'ਚ ਕਿ ਜਿਹੜਾ ਜੋਗਿੰਦਰ ਆ ਨਾ ਉਹ ਤਾਂ ਹੋਊਗਾ ਧਰਮਿੰਦਰ, ਇਹ ਫਲਾਣਾ 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 ਹੁੰਦਾ ਉਹ ਪੂਰੀ ਫਲਾਣਾ ਹੁੰਦਾ, ਸੱਚੀ ਉਹਨਾਂ ਦੇ ਦਰਸ਼ਨ ਕਰਵਾਏ ਹੋਏ ਸੀ। ਆ ਦੀਪਤੀ ਕਮਲ ਦੇ ਜੇ ਭੱਜੀਆਂ ਪਾਈ ਜਿਹੜੀ ਕਾਂਤਾ ਆ ਨਾ ਉਹ ਕਾਂਤਾ ਜਿਹੜੀ ਹੈ ਨਾ ਦੀਪਤੀ ਕਮਲ ਹੋਊਗੀ ਇਹਦੀਆਂ ਨੇ ਬਾਬੇ ਵੇਖੋ ਅੱਖਾਂ ਮੋਟੀਆਂ ਅਤੇ ਮੋਟੀਆਂ ਅੱਖਾਂ ਮੋਟੀਆਂ ਅੱਖਾਂ 'ਚ ਜਦੋਂ ਉਹਦੇ ਚੁੱਕੇ ਉੱਠ ਗਏ ਉਹਦੇ ਕੇਵਲ ਦੇ ਮਰਨ ਦੇ ਉੱਤੇ ਬਾਬੇ ਵੇਖੋ ਇੱਕ ਵਾਰ ਕਮਾਲ ਹੋ ਜਾਣੀ ਤੁਸੀਂ ਦੇਖੋ
ਕੁਝ ਗੁਰਬਖਸ਼ ਸਿੰਘ ਦੀ ਜਿਹੜੀ ਲਿਖਤ ਆ ਉਹਦੇ ਕੁਝ ਅੰਸ਼ ਉਹਦੇ ਕੋਈ ਟੋਟੇ ਜੁੜੇ ਹੋਣਗੇ, ਕੁਝ ਨਾਨਕ ਸਿੰਘ ਦੇ ਜੁੜੇ ਹੋਣਗੇ, ਜਿਹੜੇ ਚੰਗੇ ਬੰਦੇ ਉਹਨਾਂ ਨੇ ਪੇਸ਼ ਕੀਤੇ ਸੀਗੇ, ਸਾਡੇ ਮਨ ਵਿੱਚ ਵੀ ਅਜਿਹੇ ਤੌਰ 'ਤੇ ਕਿਤੇ ਬੈਠ ਗਿਆ ਸੀਗਾ ਕਿ ਅਸੀਂ ਵੀ ਇਹਨਾਂ ਵਰਗੇ ਚੰਗੇ ਬਣਨ ਦੀ ਕੋਸ਼ਿਸ਼ ਕਰੀਏ। ਤਾਂ ਇਸ ਤਰੀਕੇ ਦੇ ਨਾਲ ਜਿਹੜਾ ਲਿਟਰੇਚਰ ਹੈ ਨਾ ਸਹਿਜ ਜਿਹੜਾ ਇਹ ਬੜੇ ਸਹਿਜ ਰੂਪ ਵਿੱਚ ਅਛੋਪਲੇ ਲੁਕਵੇ ਦੇ ਤੁਹਾਡੇ ਅੰਦਰ ਕੁਝ ਨਾ ਕੁਝ ਨਵਾਂ ਜੋੜਦਾ ਰਹਿੰਦਾ, ਪੁਰਾਣਾ ਤੋੜਦਾ ਰਹਿੰਦਾ ਹੈ, ਪਰ ਤਲੀ ਅਤੇ ਸਰੋਂ ਚਬਾਣ ਵਾਲੀ ਗੱਲ ਇਹ ਕੋਈ ਨਹੀਂ ਹੈਗੀ। ਹਾਂ ਜਿਹੜੀਆਂ ਕੁਝ ਜੁਝਾਰੂ ਤੋਂ ਦੱਸਿਆ ਸਮਾਜਿਕ ਲਹਿਰਾਂ ਹੋਵੇ, ਫਰਜ਼ ਕਰੋ ਜਿਵੇਂ ਪਗੜੀ ਸੰਭਾਲ ਚੱਟਾ ਲਹਿਰ ਸੀ, ਠੀਕ ਹੈ ਨਾ, ਕੁਝ ਤਾਂ ਲਹਿਰਾਂ ਹੀ ਕਵਿਤਾ ਦੇ ਨਾਂ ਤੋਂ ਸ਼ੁਰੂ ਹੋਈਆਂ ਨੇ। ਹਾਂ ਤਾਂ ਉਹਨਾਂ ਸਮਿਆਂ ਦੇ ਵਿੱਚ ਕਵਿਤਾ ਇੱਕ ਬੜਾ ਵੱਡਾ ਹਥਿਆਰ ਹੁੰਦੀ ਸੀ, ਜਾਂ ਗਦਰ ਪਾਰਟੀ ਜਿਹੜੀ ਗਦਰ ਲਹਿਰ ਸੀ ਉਹਨਾਂ ਦੀਆਂ ਗਦਰ ਦੀਆਂ ਗੂੰਜਾਂ ਜਿਹੜੀਆਂ ਨੇ ਉਹਨਾਂ ਨੇ ਵੱਖ ਵੱਖ ਦੇਸ਼ਾਂ ਦੇ ਵਿੱਚ ਜਿਹੜੇ ਹਿੰਦੀ ਜਿਹੜੇ ਵੱਸਦੇ ਸਨ ਉਹਨਾਂ ਅੰਦਰ ਇੱਕ ਗਦਰ ਦੀ, ਦੇਸ਼ ਦੀ ਆਜ਼ਾਦੀ ਦੀ, ਮੁਹੱਬਤ ਦੀ, ਦੇਸ਼ ਨੂੰ ਆਜ਼ਾਦ ਕਰਾਉਣ ਦੀ ਰੂਹ ਜਿਹੜੀ ਸੀ ਉਹ ਫੂਕੀ। ਤਾਂ ਉਸ ਤਰੀਕੇ ਦੇ ਨਾਲ ਸਹਿਜ ਜਿਹੜਾ ਉਹ ਅਸਰ ਅੰਦਾਜ਼ ਵੀ ਹੁੰਦਾ ਸਾਰਾ ਤੌਰ 'ਤੇ, ਪਰ ਫਿਰ ਵੀ ਇਹ ਨਹੀਂ ਤਾਂ ਹੁੰਦਾ ਕਿ ਆਹ ਫਲਾਣੇ ਨੇ ਫਲਾਣੀ ਕਵਿਤਾ ਪੜ੍ਹ ਲਈ ਹੁਣ ਅਤੇ ਪੜ੍ਹਨ ਤੋਂ ਬਾਅਦ ਤੁਰਤ ਫਿਰ ਉਹ ਹਥਿਆਰ ਲੈ ਕੇ ਉੱਪਰ ਤੁਰ ਪਿਆ ਜਾਂ ਉਹ ਉਹਨੇ ਕਰ ਦਿੱਤਾ। ਇਸ ਤਰ੍ਹਾਂ ਦਾ ਕੰਮ ਹੈ ਔਖਾ ਦੱਸਣਾ, ਆਪ ਤੁਸੀਂ ਹੌਲੀ ਹੌਲੀ ਆਪ ਹੀ ਤੁਸੀਂ ਲੱਭ ਲੈਣਾ ਹੈ ਕਿ ਮੇਰੇ ਉੱਤੇ ਕੀ ਅਸਰ ਹੋਵੇ ਜੀ। ਦੇਖੋ ਸਾਡੇ ਬਹੁਤ ਵੱਡੇ ਕਹਾਣੀਕਾਰ ਨੇ ਪ੍ਰੇਮ ਪ੍ਰਕਾਸ਼ ਜੀ, ਅਤੇ ਸਾਡਾ ਦੋਵਾਂ ਦਾ ਨਾਮ ਇਕੱਠਾ ਪੰਜਾਬੀ ਸਾਹਿਤ ਦੇ ਵਿੱਚ ਕਹਾਣੀਕਾਰ ਦੇ ਤੌਰ 'ਤੇ ਉਦੇ ਹੋਇਆ ਸੀਗਾ, ਔਰ ਜਿਹਦਾ ਸ਼ੁਕਰ ਮਿਲਿਆ ਗਿਆ ਵੀ ਕਾਪੂ ਛੱਡੇ ਬਣਾ ਦਿੱਤਾ ਸੀ ਕਿ ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ, ਬਾਕੀ ਅੱਧਾ ਪ੍ਰੇਮ ਪ੍ਰਕਾਸ਼ ਸਾਡਾ, ਵੀ ਸਾਰਾ ਜਿਹੜਾ ਕਹਾਣੀ ਦਾ ਆਕਾਸ਼ ਆ ਇਹਦੇ 'ਚ ਅੱਧਾ ਵਰਿਆਮ ਸੰਧੂ ਦੇ ਕੋਲ, ਅੱਧਾ ਪ੍ਰੇਮ ਪ੍ਰਕਾਸ਼ ਕੋਲ ਆ। ਅਤੇ ਫਿਰ ਦੂਜੇ ਵਿਚਾਰੇ ਜਿਹੜੇ ਕਹਾਣੀਕਾਰ ਸੀ ਉਹਨਾਂ ਦੇਖਿਆ ਭਾਈ ਜੇ ਤਾਂ ਕੋਲ ਸਾਰਾ ਅਸਮਾਨ ਹੈਗਾ ਆ ਤਾਂ ਫਿਰ ਸਾਡੇ ਕੋਲ ਕੀ ਆ, ਠੀਕ ਹੈ ਨਾ। ਹੁਣ ਤਾਂ ਗੁੱਸਾ ਜਿਹੜਾ ਬੜਾ ਵਾਜਬ ਸੀਗਾ ਅਤੇ ਸਾਡਾ ਦੋਵਾਂ ਦਾ ਨਾਂ ਇਕੱਠਾ ਚੱਲਿਆ ਸੀ। ਅਤੇ ਇੱਕ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾਕਟਰ ਗਰੇਵਾਲ ਵੱਲੋਂ ਉੱਥੇ ਵਾਈਸ ਚਾਂਸਲਰ ਹੁੰਦੇ ਸੀਗੇ, ਉਹਨਾਂ ਨੇ ਸਾਨੂੰ ਦੋਵਾਂ ਨੂੰ ਬੁਲਾਇਆ ਅਤੇ ਰਾਤ ਨੂੰ ਸਾਡੇ ਅਨੁਭਵ ਪੁੱਛੇ ਅਤੇ ਤੁਹਾਨੂੰ ਕਹਾਣੀ ਕਿਵੇਂ ਆਉਂਦੀ ਹੈ, ਤੁਸੀਂ ਕਹਾਣੀ ਕਿਵੇਂ ਲਿਖਦੇ ਹੋ, ਜਿਵੇਂ ਤੁਸੀਂ ਕਹਿ ਰਹੇ ਵਿਸ਼ਲੇਸ਼ਣ ਕਰਨ ਦੀ ਗੱਲ। ਅਤੇ ਪ੍ਰੇਮ ਪ੍ਰਕਾਸ਼ ਸਾਰੇ ਜਾਣਦੇ, ਪ੍ਰੇਮ ਪ੍ਰਕਾਸ਼ ਕਹਿੰਦਾ ਕਿ ਕਹਾਣੀ ਮੇਰੇ ਵਾਸਤੇ ਰਹੱਸ ਹੈ, ਮੈਂ ਕਹਾਣੀ ਲਿਖਦਾ ਨਹੀਂ। ਉਹ ਕਹਿੰਦਾ ਤਾਂ ਕਹਾਣੀ ਮੇਰੇ ਤੋਂ ਲਿਖ ਹੋ ਜਾਂਦੀ, ਲਿਖ ਹੋ ਜਾਂਦੀ ਆਪਣੇ ਆਪ ਹੀ, ਜਿਵੇਂ ਉੱਤੋਂ ਧੁਰਕੀ ਮਾੜੀ ਆਈ ਅਤੇ ਸਗਲੀ ਚਿੱਤ ਬਟਾਈ, ਮੈਂ ਉਹਦੇ ਨਾਲੋਂ ਵੱਖਰੀ ਤਰ੍ਹਾਂ ਸੋਚਦਾ ਹਾਂ ਜਾਂ ਕਹਿੰਦਾ ਹੈ। ਮੈਂ ਕਹਿੰਦਾ ਕਿ ਮੈਨੂੰ ਕਹਾਣੀ ਕੋਈ ਇਸ ਤਰ੍ਹਾਂ ਰੱਬੀ ਦਾਤ ਵਜੋਂ ਨਹੀਂ ਗਈ, ਹਿੰਦੂ ਦੇ ਸ਼ਹਿਰਾਂ ਵਾਂਗੂ ਉੱਪਰਦੀ, ਮੈਂ ਕਹਾਣੀ ਜਿਹੜੀ ਆ ਉਹ ਬੜੀ ਸੋਚ ਸਮਝ ਕੇ ਲਿਖਦਾ ਹੈ, ਮੈਨੂੰ ਪਤਾ ਹੁੰਦਾ ਮੈਂ ਕਿਹੜੀ ਗੱਲ ਕਹਿਣੀ ਆ, ਕਿੱਥੋਂ ਸ਼ੁਰੂ ਕਰਨੀ ਆ, ਕਿੱਥੇ ਮੁਕਾਉਣੀ ਹੈ ਗੱਲ। ਖਾਸ ਤੌਰ ਉੱਤੇ ਤੁਹਾਡੇ ਕੋਲ ਸੁਰਿੰਦਰ ਸਿੰਘ ਹੋਣੇ ਬੜੇ ਅੱਛੇ ਸਾਡੇ ਕਹਾਣੀਕਾਰ ਬੈਠੇ ਹੋਏ ਨੇ ਅਤੇ ਤੁਹਾਡੇ ਨਾਲ
ਆਪਣੇ ਬਾਰੇ ਵੀ ਕਹਾਣੀ ਬਾਰੇ ਵੀ ਗੱਲਾਂ ਕਰਦੇ ਰਹਿੰਦੇ ਹੋਣਗੇ ਅਕਸਰ। ਉਹ ਕਹਾਣੀ ਦਾ ਅੰਤ ਜਿਹੜਾ ਉਹ ਬਹੁਤ ਮਹੱਤਵਪੂਰਨ, ਸ਼ੁਰੂ ਕਿੱਥੋਂ ਕਰਦੇ ਹੋ ਔਰ ਖਤਮ ਕਿੱਥੇ ਕਰਦੇ ਹੋ, ਇਹ ਬਹੁਤ ਮਹੱਤਵਪੂਰਨ ਗੱਲ ਮੇਰੇ ਵਾਸਤੇ। ਮੈਨੂੰ ਕਈ ਕਹਾਣੀਆਂ ਕਈ ਕਈ ਸਾਲ ਮੈਂ ਇਸ ਕਰਕੇ ਨਾ ਲਿਖੀਆਂ ਕਿਉਂਕਿ ਮੇਰੇ ਕੋਲ ਉਹਨਾਂ ਕਹਾਣੀਆਂ ਦਾ ਤਰਕ ਸੰਗਤ ਅੰਜਾਮ ਜਿਹੜਾ ਸੀ ਕਿ ਉਹ ਨਹੀਂ ਸੀ ਹੁੰਦਾ। ਤੁਸੀਂ ਇਹ 9-12-10 ਦੀ ਮਿੰਟੂ ਦਿਓਲ ਦੀ ਗੱਲ ਕਰਦੇ ਹੋ, ਮੈਂ ਉਹਦੇ 'ਤੇ ਕਹਾਣੀ ਲਿਖਣਾ ਚਾਹੁੰਦਾ ਸਰ, ਉਹਦੇ ਵੇਰਵੇ ਵੀ ਸਾਰੇ ਮੇਰੇ ਕੋਲ ਸੀ, ਮੈਂ ਪਿਛਲੇ ਕਈ ਸਾਲਾਂ ਤੋਂ ਉਹਦੇ ਟੱਬਰ ਨੂੰ ਵੀ ਸਾਰੇ ਕੁਛ ਨੂੰ ਜਾਣਦਾ ਸੀ। ਸੁਮਿੱਤਰ ਸਿੰਘ ਜੀ ਵੀ ਉਸ ਕਰੈਕਟਰ ਨੂੰ ਮਿਲੇ ਹੋਏ ਨੇ, ਅਸੀਂ ਇੱਕ ਵਾਰ ਇਕੱਠੇ ਗਏ ਸੀਗੇ ਵਾਹਗਾ ਬਾਰਡਰ ਵੇਖਣ ਵਾਸਤੇ, ਅਤੇ ਆਉਂਦੇ ਆਉਂਦੇ ਮੈਂ ਕਿਹਾ ਚਲੋ ਤੁਹਾਨੂੰ ਅੱਜ ਮੈਂ ਇੱਕ ਪਾਤਰ ਦਿਖਾਉਣਾ ਆ ਜਿਹਦੇ ਉੱਤੇ ਮੈਂ ਕਹਾਣੀ ਲਿਖਣੀ ਆ। ਉਹ ਇਹ ਸਾਰੀਆਂ ਉਹਦੀਆਂ ਗੱਲਾਂ ਇਹ ਵੀ ਸੁਣ ਕੇ ਆਏ ਹੋਏ ਸੀਗੇ ਬਿਲਕੁਲ ਦੀ ਉਹਦੀਆਂ, ਪਰ ਮੈਨੂੰ ਗੱਲ ਬਤਾਉਣ ਦਾ ਨਹੀਂ ਸੀ ਪਤਾ ਵੀ ਮੈਂ ਕਿੱਥੇ ਮਖੋਲੀ ਜਾਵਾਂਗੇ। ਫਿਰ ਇੱਕ ਦਿਨ ਮੈਂ ਹਲਵਾਰ ਵੀ ਮੇਰੇ ਕੋਲ ਤੋਂ ਆਇਆ ਹੋਇਆ ਸੀਗਾ ਪੰਦਰਾਂ ਹਲਵਾਰ ਵੀ ਸ਼ਾਇਦ ਪੰਜਾਬੀ ਗੁਰੂ ਦਾ ਡੀ, ਅਤੇ ਮੈਂ ਵਾਸ਼ਰੂਮ 'ਚ ਉਹਦੇ ਯਾਰ ਬਾਥਰੂਮ ਕਹਿ ਦਿੱਤੇ ਕਨੇਡਾ 'ਚ ਵਾਸ਼ਰੂਮ ਵੀ ਤਿਆ ਨਾ ਬਾਹਰ, ਮੈਂ ਨਿਕਲ ਕੇ ਬਾਹਰ ਆਇਆ ਅਤੇ ਮੈਂ ਕਿਹਾ ਵੀ ਗੁਰੂ ਲੰਘ ਹੋ ਰਹੇ, ਕਹਿੰਦਾ ਕੀ ਹੋ ਗਿਆ, ਮੈਂ ਆਪਣੀ ਕਹਾਣੀ ਦਾ ਅੰਤ ਸੋਚ ਗਿਆ। ਮਤਲਬ ਕਿ ਮੇਰੇ ਵਾਸਤੇ ਇੱਕ ਸੁਚੇਤ ਪ੍ਰੋਸੈਸ ਹੈ ਕਹਾਣੀ, ਮੈਂ ਉਹ 'ਚ ਕੀ ਕਹਿਣਾ ਚਾਹੁੰਦਾ ਜੀ ਮੇਰੇ, ਇਹ ਵੱਖਰੀ ਗੱਲ ਹੈ ਜਦੋਂ ਕਹਾਣੀ ਸ਼ੁਰੂ ਕਰਨਾ ਹੈ, ਜਦੋਂ ਤੁਸੀਂ ਲਿਖ ਰਹੇ ਹੁੰਦੇ ਆ ਨਾ ਫਿਰ ਤੁਹਾਡੇ ਤੁਹਾਡੀਆਂ ਸਾਰੀਆਂ ਸਤੁਤੀਆਂ ਗਿਰਤੀਆਂ ਉਹ ਕਵਾੜ ਜਿਹੜੇ ਨੇ ਖੁੱਲ ਜਾਂਦੇ ਆ, ਜੋ ਕੁਛ ਤੁਸੀਂ ਪਹਿਲਾਂ ਸੋਚਿਆ ਜਾਂ ਕਲਪਿਆ ਹੁੰਦਾ ਉਹਦੇ ਵਿੱਚ ਕੁਛ ਨਵਾਂ ਜੋੜਨ ਦੇ ਵਾਸਤੇ, ਕੁਛ ਨਵਾਂ ਫਿਕਰਾ, ਕੋਈ ਨਵੀਂ ਗੱਲ, ਕੋਈ ਨਵੀਂ ਟੇਢ, ਇਹ ਤੁਹਾਡੇ ਅੰਦਰਲੇ ਖੁੱਲ੍ਹੇ ਹੋਏ ਕੁਵਾੜਾ 'ਚੋਂ ਨਾਲ ਦੇ ਨਾਲ ਜਿਹਨੂੰ ਤੁਸੀਂ ਕਹਿੰਦੇ ਨਾ ਉਤਰਨੀ ਗੱਲ, ਉਸ ਵੇਲੇ ਨਾਲ ਨਾਲ ਉਤਰਦੀ ਵੀ ਜਾਂਦੀ ਹੈ, ਉਹ ਨਾਲ ਦੇ ਨਾਲ ਕੁਛ ਨਵੀਆਂ ਗੱਲਾਂ ਜੁੜਦੀਆਂ ਵੀ ਜਾਂਦੀਆਂ। ਪਰ ਮੈਂ ਇਹ ਕਹਾਂ ਕਿ ਮੈਂ ਸੋਚ ਸਮਝ ਕੇ ਵੀ ਗੱਲ ਲਿਖਦਾ, ਕਹਾਣੀ ਆਪਣੇ ਆਪ ਹੀ ਲਿਖੀ ਜਾਂਦੀ, ਇਹ ਗੱਲ ਗਲਤ ਹੈ। ਦੂਜੀ ਗੱਲ ਜਦੋਂ ਮੈਂ ਲਿਖ ਰਿਹਾ ਹੁੰਦਾ, ਕੋਈ ਵੀ ਲੇਖਕ ਲਿਖ ਰਿਹਾ ਹੁੰਦਾ ਅਤੇ ਉਹਦੇ ਸਾਹਮਣੇ ਉਹਦਾ ਪਾਠਕ ਜ਼ਰੂਰ ਹੁੰਦਾ, ਪਾਠਕ ਕਿਸ ਪੱਧਰ ਦਾ ਇਹ ਫੈਸਲਾ ਉਹਨੇ ਆਪ ਕਰਨਾ ਹੈ। ਜੇ ਪਾਠਕ ਕਈ ਕਹਿੰਦੇ ਜੀ ਮੈਂ ਤਾਂ ਆਪਣੇ ਵਾਸਤੇ ਲਿਖਦਾ, ਵੀ ਆਪਣੇ ਵਾਸਤੇ ਲਿਖਦਾ ਅਤੇ ਮਾਮਾ ਲਿਖ ਕੇ ਆਪਣੇ ਕੋਲ ਰੱਖ ਛੱਡਦਾ, ਛਪਾਉਂਦਾ ਕਿਉਂ ਆਉਂ, ਠੀਕ ਹੈ ਨਾ, ਛਪਾਉਂਦਾ ਇਸੇ ਕਰਕੇ ਆ ਵੀ ਕਿਸੇ ਦੂਸਰੇ ਨੂੰ ਪੜ੍ਹਾਉਣਾ ਚਾਹੁੰਦਾ, ਆਪਣੀ ਗੱਲ ਦੂਜੇ ਨੂੰ ਦੱਸਣਾ ਚਾਹੁੰਦਾ, ਠੀਕ ਹੈ ਨਾ। ਤੋ ਇਸ ਕਰਕੇ ਚਲੋ ਗੱਲ ਹੈ, ਬੇਟਾ ਗੱਲ ਆ ਮੁੱਕਦੀ ਗੱਲ, ਸਿਰ ਦੇ ਗੱਲ ਪਾਣੀ ਪਿਆਈ ਨੂੰ ਤੇ ਬੁਲਾਈ ਨੂੰ ਵੀ ਦੇਖਦਾ ਸੀ, ਤੇਰੀ ਗੱਲ ਠੀਕ ਹੈ। ਮੈਂ ਬਹੁਤ ਸੋਚ ਸਮਝ ਕੇ ਕਹਾਣੀ ਮੇਰਾ ਵਿਸ਼ਲੇਸ਼ਣ ਵੀ ਹੁੰਦਾ, ਸਟੈਂਡਰਡ ਪਾਠ ਤੇ ਮੈਂ ਆਪਣੀ ਦਿੱਤੀ ਹੋਈ ਆ ਆਪਣੀ ਘਰ ਵਾਲੀ, ਉਹ ਪੰਜਾਬੀ ਦੀ ਐਮ ਏ ਆ ਅਤੇ ਉਹਨੂੰ ਮੈਂ ਸਮਝਦਾ ਵੀ ਇੱਕ ਨੋਰਮਲ ਪਾਠ ਦੇਣੀ ਹੈ, ਇਹ ਨਹੀਂ ਵੀ ਉਹ ਬਹੁਤ ਵੱਡੀ ਅਲੋਚਕ ਹੈਗੀ ਹੈ, ਪਰ ਮੈਂ ਪੜ੍ਹਾ ਦਿੰਦਾ। ਅਤੇ ਉਹ ਇੱਕ ਵਾਰ ਮੇਰਾ ਸਨਮਾਨ ਹੋਇਆ ਸੀ ਜਲੰਧਰ, ਅਤੇ ਉਹਨੂੰ ਕਿਸੇ ਨੇ ਕਿਹਾ ਟਾਕਰ ਬੱਚਨ ਭੁੱਲਰ ਨੇ ਸਟੇਜ 'ਤੇ ਕਹਿੰਦਾ ਵੀ ਜਲੰਧਰ ਤੂੰ ਵੀ ਕੁਝ ਬੋਲੇਗੀ, ਕਦੀ ਬੋਲੀ ਨਹੀਂ ਸੀ ਸਟੇਜ ਦੇ ਉੱਤੇ, ਅਤੇ
ਕਦੀ ਬੜੀ ਬੋਲ ਲੈਂਦੀ ਹੈ। ਮੈਂ ਤਾਂ ਮੈਂ ਕਿਹਾ ਵੀ ਇਹ ਤਾਂ ਬੋਲੀ ਨਹੀਂ ਅਤੇ ਹਾਸ ਹੋਈ ਨਹੀਂ ਉਹ ਵੀ ਗੱਲ ਕਦੀ ਭਾਸ਼ਣ ਨਹੀਂ ਕੀਤਾ। ਉਹਨੇ ਪਹਿਲੀ ਸੰਡੇ ਉੱਠ ਕੇ ਆਖਿਆ ਮੈਂ ਇਹਨਾਂ ਦੀ ਕਹਾਣੀਆਂ ਦੀ ਪਹਿਲੀ ਪਾਠਕਿਆ ਅਤੇ ਕਹਿੰਦੀ ਆ ਜਿਹੜੀ ਕਹਾਣੀ ਤੇ ਮੈਂ ਸਹੀ ਮਾਰ ਦਿੰਦੀ ਉਹ ਕਹਾਣੀ ਚੱਲਦੀ ਹੈ ਦੂਜੀ ਦੀ ਵੀ ਚੱਲਦੀ। ਮੈਂ ਉਹ ਸਟੈਂਡਰਡ ਪਾਠਕ ਵਿੱਦਿਆ ਹੋਇਆ ਕਈ ਗੱਲਾਂ ਉਹਨੇ ਮੈਨੂੰ ਇਹੋ ਜਿਹੀਆਂ ਸੁਝਾਈਆਂ ਨੇ। ਮੈਂ ਆਪਣੇ ਸਵੈ ਜੀਵਨੀ ਵਿੱਚ ਸਿਰਫ ਸਵੈ ਜੀਵਨੀ ਨੂੰ ਜ਼ਿਕਰ ਕੀਤਾ ਜਿਹੜੀਆਂ ਮੈਂ ਉਹਦੇ ਕਹਿ ਉੱਤੇ ਬਦਲੀਆਂ ਨੇ ਸੁਚੇਤ ਤੌਰ ਉੱਤੇ। ਭਾਵੇਂ ਤਾਂ ਮੈਂ ਉਹ ਗੱਲਾਂ ਮਹਿਸੂਸ ਕਰਦਾ ਸੀਗਾ ਫਿਰ ਮੈਂ ਕਰਨੀ ਚਾਹੀਦੀ ਪਰ ਮੈਂ ਕੁਝ ਖਾਸ ਫਸਲ ਤਾਂ ਤਹਿਤ ਉਹ ਗੱਲ ਨਹੀਂ ਸੀ ਕਹਾਣੀ 'ਚ ਕੀਤੀ। ਉਹਨੇ ਕਿਹਾ ਵੀ ਇਹ ਕਰਨੀ ਚਾਹੀਦੀ ਕਿਤੇ ਕਹਾਣੀ ਦਾ ਬੈਲੈਂਸ ਜਿਹੜਾ ਉਹ ਵਿਗੜ ਜੂਗਾ। ਇਸ ਕਰਕੇ ਜਿਹੜੇ ਲੇਖਕ ਦੇ ਕੋਲ ਵਿਸ਼ਲੇਸ਼ਣੀ ਬਿਰਤੀ ਨਹੀਂ ਹੈਗੀ ਉਹ ਵਧੀਆ ਚੀਜ਼ ਨਹੀਂ ਲਿਖ ਸਕਦਾ। ਪਰ ਸਾਡੇ ਬਹੁਤ ਸਾਰੇ ਲੇਖ ਇਹ ਇਹਦੀ ਵੀ ਕੋਈ ਗੱਲ ਹੈਗੀ ਕਿ ਜਿਹਦੇ ਕੋਲ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਹੈਗੀ ਆ ਉਹ ਵਧੀਆ ਲੇਖਕ ਬਣ ਸਕਦਾ, ਇਹ ਕੋਈ ਜ਼ਰੂਰੀ ਗੱਲ ਨਹੀਂ ਹੈਗੀ। ਪਰ ਜਿਹਦੇ ਵਿੱਚ ਸਿਰਜਣਾਤਮਕਤਾ ਦੇ ਅੰਸ਼ ਵੀ ਹੈਗੇ ਆ ਅਤੇ ਨਾਲ ਆਪਣੀ ਕਈ ਜਾਣ ਵਾਲੀ ਗੱਲ ਦੇ ਸਾਰੇ ਕੋਨੇ ਜਿਹੜੇ ਆ ਉਹਨਾਂ ਨੂੰ ਸਮਝਣ ਅਤੇ ਵਾਚਣ ਅਤੇ ਵਿਵੇਚਣ ਦੀ ਸੂਝ ਵੀ ਹੈਗੀ ਆ ਉਹ ਨਿਸ਼ਚੇ ਹੀ ਦੂਜਿਆਂ ਦੇ ਨਾਲ ਵਧੀਆ ਲੇਖਕ ਹੋਊਗਾ। ਮੈਂ ਵੀ ਪਤਾ ਨਹੀਂ ਹੈਗਾ ਕਿ ਇਹ ਮੈਂ ਵੱਖਰੀ ਗੱਲ ਹੈਗੀ ਆ ਪਰ ਮੈਂ ਵਿਸ਼ਲੇਸ਼ਣ ਕਰਦਾ। ਬਾਕੀ ਗੱਲਾਂ ਫਿਰ ਕਿਸੇ ਦਿਨ ਨਹੀਂ ਛੱਡ ਕੇ ਹੋਰ ਸ਼ੁਰੂ ਤੇ ਹਰ ਬੰਦਾ ਇੱਕ ਹਫ਼ਤਾ ਲਿਖਣ ਤੋਂ ਕਰਦਾ। ਮੈਂ ਵੀ ਕੀਤੀ ਅਤੇ ਮੈਂ ਕਈ ਵਾਰ ਬੜੇ ਫਖਰ ਨਾਲ ਦੱਸਦਾ ਕਿ ਮੈਂ ਉਦੋਂ 15 ਵਰ੍ਹਿਆਂ ਦਾ ਸੀਗਾ ਜਦੋਂ ਮੇਰੀਆਂ ਲਿਖੀਆਂ ਹੋਈਆਂ ਰੁਬਾਈਆਂ ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਨਾਂ ਸੁਣਿਆ ਹੋਇਆ ਜੀ। ਗਿਆਨੀ ਗੁਰਮੁਖ ਸਿੰਘ ਮੁਸਾਫਰ ਉਸ ਵੇਲੇ ਬਹੁਤ ਵੱਡੇ ਆਗੂ ਵੀ ਸਨ ਅਤੇ ਬੜੇ ਵੱਡੇ ਸ਼ਾਇਰ ਵੀ ਸਨ। ਇੱਕ ਕਹਾਣੀ ਨਾਂ ਦਾ ਪਰਚਾ ਅੰਮ੍ਰਿਤਸਰੋਂ ਨਿਕਲਦਾ ਹੁੰਦਾ ਸੀ ਉਹਦੇ ਉੱਤੇ ਇੱਕ ਪਾਸੇ ਗੁਰਮੁਖ ਸਿੰਘ ਮੁਸਾਫਰ ਦੀਆਂ ਚਾਰ ਰੁਪਈਆਂ ਛੱਡੀਆਂ ਦੂਜੇ ਪਾਸੇ ਮੇਰੀਆਂ ਚਾਰ ਰੁਪਈਆਂ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਤਾਂ ਗੁਰਮੁਖ ਸਿੰਘ ਮੁਸਾਫਰ ਵੱਡਾ ਸ਼ਹਿਰ ਵਰਗਾ ਸ਼ਹਿਰ ਤੇ ਨਾਂ ਹੋਊਗਾ ਪਰ ਜੇ ਬਰਾਬਰ ਤੇ ਚਾਰ ਰੁਪਈਆਂ ਮੇਰੀਆਂ ਛੱਡਦੀਆਂ ਆ ਤਾਂ ਮੇਰੇ ਅੰਦਰ ਕੋਈ ਸ਼ਹਿਰੀ ਵਾਲੀ ਗੱਲ ਹੋਊਗੀ ਤੇ ਸਹੀ ਨਾ ਮੁੱਖ ਮੰਤਰੀ ਬਣਨੀ ਹੋਊਗੀ। ਅਗਲੀ ਗੱਲ ਇਹ ਕਿ ਜਦੋਂ ਆ ਜੁਝਾਰ ਵਿਦਰੋਹੀ ਦੌਰ ਚੱਲਿਆ ਤੇ ਉਹਦੇ 'ਚ ਬਹੁਤ ਸਾਰੀ ਕਵਿਤਾ ਲਿਖੀ ਗਈ ਜਿਹਦੇ 'ਚ ਪਾਸ਼ ਲਾਲ ਸਿੰਘ ਦਿਲ ਦਰਸ਼ਨ ਖੱਟਕਰ ਅਮਰਜੀਤ ਚੰਦਨ ਭਜਨ ਹਲਵਾਰ ਵੀ ਇਹ ਸਾਰੇ ਸ਼ਾਇਰ ਹੁੰਦੇ ਸੀਗੇ। ਇੱਕ ਸੁਰਿੰਦਰ ਤਰਜਲਿਆ ਕਨੇਡਾ ਦਾ ਪਾਸ਼ ਯਾਦਗਾਰੀ ਮੈਮੋਰੀਅਲ ਟਰੱਸਟ ਦਾ ਕਨਵੀਨਰ ਉਹਨੇ ਕਿਤੇ ਲਿਖਿਆ ਆ ਕਿ ਮੈਂ ਕਵਿਤਾ ਲਿਖਣ 'ਚ ਜਿਹਨਾਂ ਬੰਦਿਆਂ ਤੋਂ ਪ੍ਰਭਾਵਿਤ ਹੋਇਆ ਉਹ ਆ 9 ਬੰਦੇ ਸਨ ਉਹਨਾਂ ਵਿੱਚੋਂ ਪਾਸ਼ ਲਾਲ ਸਿੰਘ ਦਿਲ ਹਲਵਾਰ ਵੀ ਉਹਨਾਂ ਦਾ ਅਤੇ ਮੇਰਾ ਨਾਂ ਵੀ ਲਿਖਿਆ। ਇਹਦਾ ਮਤਲਬ ਇਹ ਆ ਕਿ ਮੇਰੀ ਕਵਿਤਾ ਇਸ ਤਰ੍ਹਾਂ ਦੀ ਸੀ ਘੱਟੋ ਘੱਟ ਕਿ ਉਹ ਕਿਸੇ ਨੂੰ ਕਵਿਤਾ ਲਿਖਣ ਵਾਸਤੇ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਸਕਦੀ ਸੀ, ਠੀਕ ਹੈ ਨਾ। ਪਰ ਸੱਚੀ ਗੱਲ ਮੈਂ ਤੁਹਾਨੂੰ ਅੰਦਰ ਲਈ ਦੱਸਾਂ ਕਿ ਮੈਨੂੰ ਇਹ
ਮਤਲਬ ਜਦੋਂ ਉਸ ਵੇਲੇ ਦੀ ਜਿਹੜੀ ਕਵਿਤਾ ਸੀ ਨਾ, ਜਦੋਂ ਜੁਝਾਰਕ ਕੋਈ ਕਵਿਤਾ ਦਾ ਲੋਕ ਆਲੋਚਕ ਜ਼ਿਕਰ ਕਰਦੇ ਸੀ ਤੇ ਜਿਹੜੇ ਅੱਠ ਦਸ ਨਾਂ ਲਿਖਦੇ ਸੀ ਉਹਨਾਂ ਦੇ ਪੂਛ ਜੀ ਦੇ ਉੱਤੇ ਮੇਰਾ ਨਾਂ ਵੀ ਹੁੰਦਾ ਸੀ ਕਿ ਫਲਾਣੇ 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 ਪੰਜਾਬ ਸਭ ਤੋਂ ਸੰਤ ਸੰਤ ਦੇ ਫਲਾਣਾ ਆਲ ਆਪ ਹੈ ਨਾ, ਉਹ ਆਲ ਆਪ ਤੋਂ ਲੋਕ ਨਾਮ ਮਿਲਿਆ ਮੇਰਾ ਨਾਮ ਵੀ ਆ ਗਿਆ ਸੀ। ਤਾਂ ਵੈਸੇ ਤਾਂ ਕਹਿੰਦੇ ਨੇ ਕਿ ਬੰਦਾ ਜਦ ਤਿੰਨਾਂ 'ਚ ਹੋਵੇ ਜਾਂ ਤੇਰਾਂ 'ਚ ਹੋਵੇ, ਉਹ ਕੰਮ ਤੇਰਾ ਆਲਾ ਸੀ। ਮੈਨੂੰ ਲੱਗਾ ਵੀ ਪੰਜਾਬ ਸਿਆ ਤਿੰਨਾਂ ਬੜਾ ਮੁਸ਼ਕਿਲ ਹੈ। ਪਹਿਲੀ ਗੱਲ ਤਾਂ ਮੈਂ ਚਾਹੁੰਦਾ ਸੀਗਾ ਵੀ ਪਹਿਲਾਂ ਹੀ ਹੋਵਾਂ, ਪਰ ਮੈਂ ਕਿਹਾ ਜਿਹੜੇ ਸੁਰਜੀਤ ਪਾਤਰ ਨੇ ਅਤੇ ਜਿਹੜੇ ਪਾਸ ਹੋਏ ਨੇ ਬਲਾਰ ਸ਼ਹਿਰਾਂ ਦੇ, ਇਹਨਾਂ ਦੇ ਤੈਨੂੰ ਲਾਗੇ ਨਹੀਂ ਗੱਲ ਕਰਦੇ ਨਾ। ਦੂਜੀ ਗੱਲ ਸੀ, ਮੈਨੂੰ ਲੱਗਦਾ ਸੀ ਕਿ ਮੇਰਾ ਕਿਰਦਾਰ ਜਿਹੜਾ ਉਹ ਕਾਬਲ ਉਸ ਤਰ੍ਹਾਂ ਦਾ ਨਹੀਂ ਹੈਗਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ, ਅਤੇ ਮੈਨੂੰ ਅਕਲ ਆ ਗਈ ਇਸ ਤੋਂ। ਮੈਂ ਕਵਿਤਾ ਲਿਖਣੀ ਛੱਡ ਦਿੱਤੀ, ਇੱਕਦਮ ਹੀ ਛੱਡ ਦਿੱਤੀ, ਅਤੇ ਮੈਂ ਹੱਸਦਾ ਆਖੀ ਕਰਕੇ ਤੁਹਾਡਾ ਕਿ ਸਾਡੇ ਬਹੁਤ ਸਾਰੇ ਪੰਜਾਬੀ ਕਵੀਆਂ ਨੂੰ ਅਜੇ ਤੱਕ ਇਸ ਗੱਲ ਦੀ ਅਕਲ ਨਹੀਂ ਗਈ ਆਈ, ਉਹ ਕਵਿਤਾ ਲਿਖਣੀ ਪਤਾ ਨਹੀਂ ਕਿਉਂ ਨਹੀਂ ਕਿ ਛੱਡਦੇ ਨੇ ਤਾਂ ਕੀ ਯਾਦ ਹੈ। ਮੈਂ ਛੱਡ ਦਿੱਤੀ ਸੀ, ਪਰ ਪਿਛਲੇ ਕੁਝ ਸਮੇਂ ਤੋਂ ਮੈਨੂੰ ਕੈਨੇਡਾ 'ਚ ਜਾਣ ਹੋਣ ਦਾ ਅਤੇ ਰਹਿਣ ਦਾ ਕੁਝ ਅਭਿਆਸ ਹੋਇਆ, ਅਤੇ ਉੱਥੇ ਮੈਂ ਫਿਰ ਉਹਦੇ 'ਚ ਹੋਇਆ ਕਿ ਮੈਨੂੰ ਨਾ ਕਹਿੰਦੇ ਆ ਜੀ ਉੱਥੇ ਰਜਿੰਦਰਪਾਲ ਵਰਗੇ ਆਲੋਚਕ ਘੱਟ ਨੇ, ਜਸਵਿੰਦਰ ਸਿੰਘ ਹੋਣੀ ਕਦੀ ਕਦੀ ਜਾਂਦੇ ਨੇ ਉਦਾਸੀ, ਅਤੇ ਜਸਵਿੰਦਰ ਸਿੰਘ ਹੋਣੀ ਵੀ ਗਏ, ਇਹ ਵੀ ਜਾਂਦੇ ਨੇ, ਫਿਰ ਜਾਂਦੇ ਆ ਅਤੇ ਉੱਧਰ ਦੇ ਲੇਖ ਕੰਮ ਫਿਰ ਤਾਰ ਕੇ ਆਉਂਦੇ ਨੇ, ਉਹਨਾਂ ਬਾਰੇ ਪਰਚੇ ਪੁਰਚੇ ਪੜ੍ਹਦੇ ਜਾ ਕੇ ਉਹਨਾਂ ਨੂੰ ਹੌਸਲਾ ਹੁੰਦਾ, ਅਤੇ ਜਦੋਂ ਤਾਂ ਮੈਂ ਕਿਹਾ ਉਹ ਖਿੱਤੇ ਆ ਚੱਲ ਜਿੱਦਾਂ ਚਿਰ ਤੱਕ ਉਹ ਵੀ ਆਉਂਦੇ ਸੀ ਤੇਰੇ ਨਾਲ ਹੀ ਕੰਮ ਸਾਰ, ਅਤੇ ਮੈਂ ਉਹਦਾ ਕੰਮ ਨੂੰ ਸਾਰਨ ਲੱਗ ਪਿਆ। ਮੈਂ ਕਹਿੰਦਾ ਯਾਰ ਮੁਰਗੇ ਨੇ ਕਿਤਾਬ ਪੜ੍ਹ ਕੇ ਵੀ ਮੈਨੂੰ ਬੋਲਦੇ ਹੋ ਕੁਛ, ਉਹ ਹੈ ਕਿ ਦੋ ਤਿੰਨ ਕਵਿਤਾ ਦੀਆਂ ਕਿਤਾਬਾਂ ਮੈਨੂੰ ਆਉਂਦੀ ਜੀ, ਇਹਨਾਂ ਤੋਂ ਤੁਸੀਂ ਬੋਲਣਾ ਮੈਂ ਪੜ੍ਹੀਆਂ, ਅਤੇ ਮੈਂ ਆਖਿਆ ਯਾਰ ਦਰਿਆਲ ਸਾਹਿਬ ਇੱਦਾਂ ਦੀ ਕਵਿਤਾ ਦੇ ਤੂੰ ਕਈ ਚਿਰ ਪਹਿਲਾਂ ਲਿਖ ਸਕਦਾ, ਮੈਂ ਚੱਲ ਹੋਰ ਵੀ ਕੋਸ਼ਿਸ਼ ਕਰਕੇ ਦੇ, ਅਤੇ ਮੈਂ ਨਾ 10 15 ਕਵਿਤਾਵਾਂ ਲਿਖੀਆਂ ਨੇ, ਫਿਰ ਉਹ ਛੱਡ ਗਈਆਂ ਨੇ, ਅਤੇ ਉਹਨਾਂ 'ਚੋਂ ਇੱਕ ਕਵਿਤਾ ਜਿਹੜੀ ਮੈਂ ਕਿਉਂਕਿ ਮੈਨੂੰ ਚੇਤੇ ਆ ਉਹ ਮੈਂ ਕਈ ਵਾਰ ਸੁਣਾਈ ਹੋਈ ਹੈ, ਇਹਨਾਂ ਤਾਂ ਸੁਣੀ ਹੋਊਗੀ ਤੁਸਾਂ ਪਤਾ ਨਹੀਂ ਸੁਣੀ ਕਿ ਟੀ ਵੀ ਉੱਤੇ ਵੀ ਸੁਣਾਈ ਸੀ ਕਿ ਮੈਂ ਦੋ ਵਾਰ ਲਵਲੀ ਕਵਿਤਾ ਸੁਣ ਕੇ, ਅਤੇ ਅਗਲੀ ਗੱਲ ਆਪਣੀ ਸਮਾਪਤ ਹੈ। ਮੈਂ ਧਰਨੇ ਮਾਰਨ ਨਾਲ ਕਹਿੰਦਾ ਕਿ ਕਵਿਤਾ ਤੋਂ ਬਾਅਦ ਮੈਂ ਬਹਿ ਲੈਣਾ ਪਿੰਡ ਨੂੰ, ਅਤੇ ਕਵਿਤਾ ਇਹ ਆ ਸਾਡਾ ਦੋਵਾਂ 'ਚ ਜਾਂਦੀ ਆ, ਜਦੋਂ ਅਸੀਂ ਅਜੇ ਰਿਟਾਇਰ ਨਹੀਂ ਸਾਂ ਹੋਏ ਅਤੇ ਉਦੋਂ ਦੀ ਗੱਲਬਾਤ ਹੈਗੀ ਆ, ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਨਗੇ, ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ, ਸੁਣ ਕੇ ਅੱਗੋਂ ਬੇਫਿਕਰ ਜਿਹਾ ਹਾਸਾ ਹੱਸਦੀ ਕਰਨਾ ਕਿ ਇਹ ਧੀਆਂ ਪੋਤਾ ਤੋਂ ਆਪਣੇ ਘਰ ਆਪਾਂ ਆਪਣੇ ਘਰ ਬਾਲਟੀ ਜੰਗ ਪਾਇਆ ਕਰਾਂਗੇ, ਧੋ ਧੋ ਕੇ ਚੁੱਪਿਆ ਕਰਾਂਗੇ ਦੋਵੇਂ ਜੀ ਮੌਜ ਨਾਲ। ਅਗਲਾ ਦ੍ਰਿਸ਼ ਕੈਨੇਡਾ ਦਾ, ਪੁੱਤਰ ਦੇ ਘਰ ਬਾਜ ਰਹੀ ਹੈ ਜੂਠੇ ਭਾਂਡੇ, ਪੁੱਤਰ ਦੇ ਘਰ ਮਾਜ ਰਹੀ ਹੈ ਜੂਠੇ ਭਾਂਡੇ, ਪਾਣੀ ਦੀ ਧਾਰ ਹੇਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ
ਇੱਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਧੋਵੇ। ਪਾਣੀ ਦੀ ਧਾਰ ਹੇਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ ਇੱਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਧੋਵੇ। ਅਗਲਾ ਦ੍ਰਿਸ਼, ਮੰਮੀ ਟੂਟੀ ਬੰਦ ਤਾਂ ਕਰ ਲਓ, ਪਾਣੀ ਐਵੇਂ ਡੁੱਲੀ ਜਾਂਦਾ। ਮੰਮੀ ਟੂਟੀ ਬੰਦ ਤਾਂ ਕਰ ਲਓ, ਪਾਣੀ ਐਵੇਂ ਡੁੱਲੀ ਜਾਂਦਾ। ਮਹਿੰਗਾ ਪਾਣੀ ਹੋਰ ਨਾ ਡੁੱਲੇ, ਤਰਬਕ ਕੇ ਟੂਟੀ ਬੰਦ ਕਰਦੀ ਹੈ। ਸਸਤਾ ਪਾਣੀ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਡੁੱਲ। ਮਹਿੰਗਾ ਪਾਣੀ ਹੋਰ ਨਾ ਡੁੱਲੇ, ਤਰਬਕ ਕੇ ਟੂਟੀ ਬੰਦ ਕਰਦੀ ਹੈ। ਸਸਤਾ ਪਾਣੀ ਅੱਖਾਂ ਵਿੱਚੋਂ ਤਿਪ ਤਿਪ ਕਰਕੇ ਡੁੱਲਣ ਲੱਗਾ। ਵੇਹਦਿਆਂ ਵੇਹਦਿਆਂ ਭਰੀਆਂ ਹੋਈਆਂ ਅੱਖਾਂ ਵਿੱਚੋਂ ਭਰੀ ਭਰਾਈ ਅੰਬਾਂ ਵਾਲੀ ਬਾਲਟੀ ਭੁੰਜੇ ਹੋਈ ਗਈ। ਸ਼ੁਕਰੀਆ ਬੱਚੇ।